ਸਤਿ ਸ਼੍ਰੀ ਅਕਾਲ, ਸਵਾਗਤ ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀਵੀ ਅਤੇ ਰੇਡੀਓ ਪ੍ਰੋਗਰਾਮ ਦੇ ਨਾਲ ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓ। ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਆਪਣੇ ਪਰਮ ਮਿੱਤਰ ਪੰਜਾਬ ਨਾਮਾ ਤੋਂ ਸੰਪਾਦਕ ਗੁਰਵਿੰਦਰ ਸਿੰਘ ਸਮਤ ਸਾਹਿਬ। ਸਮਤ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਤਿ ਸ਼੍ਰੀ ਅਕਾਲ ਹਜ਼ੂਰੇ ਵਾਲਾ, ਕੀ ਹਾਲ ਚਾਲ ਨੇ? ਬਸ ਵਧੀਆ ਸਰ, ਚਾਏ ਦਾ ਪਿਆਲਾ ਹਜ਼ੂਰੇ ਵਾਲਾ। ਚਾਏ ਦਾ ਪਿਆਲਾ ਹਜ਼ੂਰੇ ਵਾਲਾ, ਰੌਲਾ ਰੱਪਾ ਆਲਾ ਦੁਆਲਾ ਅਤੇ ਆਲੇ ਦੁਆਲੇ ਦੇ ਰੌਲੇ ਰੱਪੇ 'ਤੇ ਝਾਤ ਪਵਾਉਂਦੇ ਹਾਂ ਆਪਣੇ ਵੇਖਣ ਅਤੇ ਸੁਣਨ ਵਾਲਿਆਂ ਨੂੰ। ਸਮਧ, ਸਮਧ ਮਤਲਬ ਭੰਡਾਰੀ, ਜਿਹਦੇ ਕੋਲ ਅਮੁੱਕ ਭੰਡਾਰ ਹੋਵੇ। ਸਮਧ ਮਤਲਬ ਨਿਆਮਤਾਂ ਵੰਡਣ ਵਾਲਾ, ਪਵਿੱਤਰ ਨਾਂ ਹੈ ਸਮਧ। ਸੋ ਇਹ ਸਾਡੇ ਸਮਧ ਜਿਹੜੇ ਨੇ ਸਮਾਚਾਰ ਵੰਡਣ ਵਾਲੇ ਨੇ, ਕਿਉਂਕਿ ਕਈ ਸਰੋਤੇ ਪੁੱਛਦੇ ਸੀ ਸਮਤ ਕਹਿੰਦੇ ਸੀ। ਉਦੋਂ ਤੁਸੀਂ ਬਹੁਤ ਸਾਰੇ ਚੈਨਲਾਂ 'ਤੇ ਆਉਂਦੇ ਹੋ, ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਪਰ ਸਮਤ ਦਾ ਮਤਲਬ ਹੁੰਦਾ ਅਮੁੱਕ ਭੰਡਾਰ ਵੰਡਣ ਵਾਲਾ, ਨਿਆਮਤਾਂ ਵੰਡਣ ਵਾਲਾ। ਚਲੋ, ਨਿਆਮਤਾਂ ਤਾਂ ਸਾਡੇ ਕੋਲ ਨਹੀਂ ਹੈ, ਮੈਂ ਹੱਸਦਾ ਸੀ, ਸਮਤ ਸਾਹਿਬ ਦਾ ਬ੍ਰਾਂਡ ਪਾਇਆ ਹੋਇਆ ਅਮੀਰੀ। ਅਮੀਰੀ ਸਾਡੇ ਪੱਲੇ ਨਹੀਂ ਹੈ, ਕਿਉਂਕਿ ਸਾਡੇ ਕੋਲ ਗਲਾ ਹੀ ਹੈ, ਗੱਲਾਂ ਨਹੀਂ ਹੈ ਸਾਡੇ ਕੋਲ। ਸਾਡੇ ਕੋਲ ਆ ਗਲਾ ਆ ਅਤੇ ਗੱਲਾਂ ਨੇ, ਅਤੇ ਗੱਲਾਂ ਦੇ ਚੱਕਰ 'ਚ ਗਲਾ ਪਤਾ ਨਹੀਂ ਕਦੋਂ ਵੱਢਿਆ ਜਾਣਾ, ਗੱਲਾ ਸਾਡਾ ਪਹਿਲਾਂ ਹੀ ਵੱਢਿਆ ਹੁੰਦਾ। ਹਾਂ, ਸੋ ਅਸੀਂ, ਮੈਂ ਹੱਸਦਾ ਸੀ ਸਮਧ ਸਾਹਿਬ ਨੂੰ ਜਦੋਂ ਇਹਨਾਂ ਦਾ ਟਾਈਟਲ ਪਾਉਣ ਲੱਗਿਆ ਗੁਰਵਿੰਦਰ ਸਿੰਘ ਸਮਧ, ਮੈਂ ਕਿਹਾ ਪੰਜਾਬੀ 'ਚ ਪਾਉਂਦੇ ਹਾਂ, ਅਤੇ ਕਿਉਂਕਿ ਲਾਲ ਰੰਗ ਵੇਖ ਕੇ ਕਈ ਕਹਿਣਗੇ ਕਾਮਰੇਡ, ਇਹ ਸਾਡੀ ਫਿਤਰਤ ਹੈ। ਨੀਲਾ ਬੰਨ ਲਿਆ ਤਾਂ ਅਕਾਲੀ, ਪੀਲਾ ਬੰਨ ਲਿਆ ਤਾਂ ਭਗਵੰਤ ਮਾਨ ਹੋ ਗਿਆ, ਭਗਵਾਂ ਬੰਨ ਲਿਆ ਤਾਂ ਭਾਜਪਾਈ ਹੋ ਗਿਆ। ਅਸੀਂ ਰੰਗਾਂ 'ਚ ਵੰਡ ਲਿਆ ਸਾਰੀ ਚੀਜ਼ਾਂ ਨੂੰ, ਅਸੀਂ ਰੰਗਾਂ ਨੂੰ ਵੀ ਸਿਆਸਤ 'ਚ ਵੰਡ ਲਿਆ। ਖੈਰ, ਇਸ ਸਿਲਸਿਲੇ ਵਿੱਚ ਸਮਤ ਸਾਹਿਬ ਜੇ ਜ਼ਿਕਰ ਕਰੀਏ, ਗੱਲਾ ਜਿਹਨੂੰ ਅੱਜ ਕੱਲ੍ਹ ਅਨਾਜ ਕਹਿੰਦੇ ਆ, ਉਸ ਅਨਾਜ ਦੀ ਰੋਲ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਘੇਰ ਲਿਆ, ਕਈ ਕਿਸਾਨ ਅਰੈਸਟ ਹੋਏ ਨੇ, ਕਿਸਾਨ ਆਗੂ ਅਰੈਸਟ ਹੋਏ ਨੇ, ਪੰਜਾਬ ਦੇ ਵਿੱਚ ਵੀ ਫੜੋ ਫੜੀ ਹੋਈ ਹੈ, ਜੋ ਮੈਨੂੰ ਲੱਗਦਾ ਕਿ ਸ਼ਾਇਦ ਫਿਰ ਇੱਕ ਵਾਰੀ ਅੰਦੋਲਨ ਦਾ ਲਾਵਾ ਫੁੱਟ ਰਿਹਾ, ਜਿਸ ਨੂੰ ਰੋਕਣ ਦੇ ਲਈ ਸਾਰੀ ਕਵਾਇਤ ਚੱਲ ਰਹੀ ਹੈ। ਸੋ ਕੇਜਰੀਵਾਲ ਅਤੇ ਭਗਵੰਤ ਮਾਨ ਬਾਰਡੇ ਸਾਂਝਾ ਕਰਕੇ ਆਏ ਨੇ, ਇੱਕ ਦੂਸਰੇ ਦੇ ਮੂੰਹ 'ਚ ਚਮਚੇ ਪਾ ਕੇ ਆਏ ਨੇ ਕਿ ਭਾਈ ਕਿਵੇਂ ਰੋਕਣਾ ਪੰਜਾਬ 'ਚੋਂ ਦੁਬਾਰਾ ਉੱਠਦਾ ਅੰਦੋਲਨ, ਕਿਉਂਕਿ ਪਹਿਲਾਂ ਵੀ ਪੰਜਾਬ 'ਚੋਂ ਉੱਠਦੇ ਅੰਦੋਲਨ ਨੂੰ, ਜੋ ਦਿੱਲੀ ਅੰਦੋਲਨ ਖਤਮ ਹੋਇਆ ਸੀ, ਉਹ 'ਚ ਵੀ ਕੇਜਰੀਵਾਲ ਦਾ ਬੜਾ ਟੇਢਾ ਰੋਲ ਹੈ, ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ। ਸੋ ਗੁਲਾਬੀ ਪੱਗ ਵਾਲਿਆਂ ਨੂੰ ਮੁੱਖ ਮੰਤਰੀ ਬਣਨ ਦਾ ਲਾਰਾ ਲਾਇਆ ਕੇਜਰੀਵਾਲ ਨੇ ਅਤੇ ਬਣਾ ਦਿੱਤਾ ਸਤੌਜ ਵਾਲਾ। ਖੈਰ, ਇਸ ਦੌਰਾਨ ਦਸਤਾਰਾਂ ਦੀ ਗੱਲ ਕਰੀਏ ਤਾਂ ਕੇਸਰੀ ਦਸਤਾਰ ਬੰਨਣ ਵਾਲੇ ਆਪਣੇ ਜਥੇਦਾਰ ਸਾਹਿਬ ਅਤੇ ਇਧਰੋਂ ਵਿਰਸਾ ਸਿੰਘ ਬਲਟੋਆ, ਉਹਨਾਂ ਦਾ ਵਿਵਾਦ ਬਹੁਤ ਵੱਧ ਰਿਹਾ, ਪੱਗੋ ਪੱਗੀ ਹੋ ਗਏ ਨੇ। ਸੋ ਇਸ ਸਿਲਸਿਲੇ ਵਿੱਚ ਵਿਵਾਦ ਜਿਹੜੇ ਵੱਧ ਰਹੇ ਨੇ, ਵਿਰਸਾ ਸਿੰਘ ਬਲਟੋਆ ਹੋਰਾਂ ਨੇ ਤਾਂ ਮਹਾਂ ਝੂਠਾ ਤੱਕ ਕਹਿ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ, ਕਿਉਂਕਿ ਉਹਨਾਂ ਨੇ ਜਿਹੜਾ ਤਰਕ ਦਿੱਤਾ ਕਿ ਮੈਂ ਜੋ ਕਿਤੇ ਗਲਤ ਕਿਹਾ, ਇਹ ਹੁਣ ਜ਼ਰੂਰ ਉਹਨਾਂ ਨੇ ਇੱਕ ਚੈਨਲ 'ਤੇ ਉਹਨਾਂ ਨੂੰ ਮਹਾਂ ਝੂਠਾ ਆਖਿਆ, ਪਰ ਕਹਿੰਦੇ ਜਿਹੜੇ ਮੇਰਾ ਕਰੈਕਟਰ ਅਸੈਸੀਨੇਸ਼ਨ ਜਥੇਦਾਰ ਸਾਹਿਬ ਕਰ ਰਹੇ ਨੇ, ਉਹ ਕਿਤੇ ਪ੍ਰੂਵ ਕਰਨ ਕਿ ਮੈਂ ਕਿੱਥੇ ਕਮੈਂਟ ਕੀਤਾ ਉਹਨਾਂ ਦੀ ਸ਼ਾਨ ਦੇ ਖਿਲਾਫ਼। ਹੁਣ ਜ਼ਰੂਰ ਕੀਤਾ, ਉਸ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਧੀਆਂ ਨੂੰ ਮਾੜਾ ਬੋਲਿਆ ਗਿਆ, ਜਾਂ ਕਿਸੇ ਦੀ ਰੇਕੀ ਕਰਵਾਈ ਗਈ ਹੈ, ਜਾਂ ਕਿਸੇ ਦੀ ਜਾਤ ਨੂੰ ਮਾੜਾ ਬੋਲਿਆ ਗਿਆ, ਇਸ ਮਾਮਲੇ 'ਚ ਭਗਵੰਤ ਮਾਨ ਕੁੱਦ ਚੁੱਕੇ ਨੇ। ਉਹ ਕਹਿੰਦੇ ਪਰਚਾ ਕਰਾਵਾਂਗੇ, ਸੂਚਨਾ ਸਾਡੇ ਕੋਲ ਆਵੇ, ਕਾਰਵਾਈ ਕਰਾਵਾਂਗੇ। ਸੁੱਖੀ ਰੰਧਾਵਾ ਵੀ ਕਹਿੰਦੇ ਨੇ ਪਰਚਾ ਹੋਵੇ, ਬਾਗੀ ਅਕਾਲੀ ਵੀ ਕਹਿੰਦੇ ਨੇ ਪਰਚਾ ਹੋਵੇ, ਅਤੇ ਪਰਚਿਆਂ ਪੁਰਚਿਆਂ ਤੋਂ ਵਡੋਆ ਕਹਿੰਦਾ ਮੈਂ ਡਰਨ ਵਾਲਾ ਕੋਈ ਨਹੀਂ ਹੈ, ਅੱਤਵਾਦੀ ਹਾਂ ਸੀ ਅਤੇ ਮਾਣ ਆ ਮੈਨੂੰ। ਇਸ ਸਾਰੇ ਖਿਲਾਰੇ ਦੇ ਵਿੱਚ ਹੋਰ ਬੜਾ ਕੁਛ ਸਮਤ ਸਾਹਿਬ ਹੋ ਰਿਹਾ, ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਇਸ ਸਾਰੇ ਵਰਤਾਰੇ ਤੋਂ ਸ਼ੁਰੂ ਕਰਦੇ ਹਾਂ। ਹੋਰ ਵੀ ਕੁਝ ਖਬਰਾਂ ਨੇ, ਕੈਨੇਡਾ ਅਤੇ ਭਾਰਤ ਵਿੱਚ ਵੀ ਰਿਸ਼ਤੇ ਜਿਹੜੇ ਵਿਗੜੇ ਨੇ, ਪਿਸ ਪੰਜਾਬ ਰਿਹਾ, ਕੁਝ ਹੋਰ ਖਬਰਾਂ ਨੇ। ਸ਼ੁਰੂਆਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਭਰਵਾਂ ਹੁੰਗਾਰਾ ਅਤੇ ਹੁਲਾਰਾ ਮਿਲਿਆ। ਤੁਸੀਂ ਵੀ ਪੰਜਾਬ ਨਾਮਾਂ 'ਤੇ ਆਪਣਾ ਵੀਡੀਓ ਪਾਇਆ, ਸਰੋਤਿਆਂ ਨੂੰ ਗੁਜ਼ਾਰਿਸ਼ ਹੈ ਲਾਈਕ ਅਤੇ ਸ਼ੇਅਰ ਜ਼ਰੂਰ ਕਰਨ। ਸਮਾਂ ਸਾਹਿਬ, ਕੀ ਨਿਕਲਦਾ ਇਸ 'ਚੋਂ ਹੁਣ, ਜਿਸ ਤਰ੍ਹਾਂ ਸੱਤਾਧਾਰੀ ਧਿਰ ਸੈਂਟਰ ਵਾਲੀ ਵੀ ਜਿਹੜੀ ਆਲਰੇਡੀ ਜੈਡ ਪਲੱਸ ਸਕਿਉਰਿਟੀ ਦੇ ਰਹੀ ਹੈ ਜਥੇਦਾਰ ਸਾਹਿਬ ਨੂੰ, ਐਡੇ ਖਤਰੇ ਨਾ ਹੋਣ ਦੇ ਬਾਵਜੂਦ, ਅਤੇ ਪੰਜਾਬ ਵਾਲੇ ਵੀ ਇਸ ਮਾਮਲੇ ਦੇ ਵਿੱਚ, ਵਿਰਸਾ ਸਿੰਘ ਬਲਟੋਹਾ ਭਾਜਪਾਈਆਂ ਨੂੰ ਵੀ ਰੜਕਦਾ ਅਤੇ ਪੰਜਾਬ ਵਾਲਿਆਂ ਨੂੰ ਵੀ ਰੜਕਦਾ, ਭਾਵੇਂ ਆਪਸੀ ਕੋਈ ਸਪੋਰਟਰ ਨਹੀਂ ਬਲਟੋਹਾ ਦੇ, ਪਰ ਜਿਹੜਾ ਉਹਦਾ ਮੁੱਦਾ ਹੈ RSS ਦੀ ਐਂਟਰੀ ਦਾ, ਉਸ 'ਤੇ ਸਵਾਲ ਜ਼ਰੂਰ ਖੜ੍ਹੇ ਹੋਏ ਨੇ। ਇਸ ਸਿਲਸਿਲੇ 'ਚ ਹੁਣ ਜਦੋਂ ਸਰਕਾਰ ਨੇ ਕਹਿ ਦਿੱਤਾ ਕਿ ਸੂਚਨਾ ਦਿਓ, ਪਰਚਾ ਅਸੀਂ ਕਰਾਵਾਂਗੇ ਸਾਈਬਰ ਕ੍ਰਾਈਮ ਦਾ, ਅਤੇ ਕੀ ਸਥਿਤੀ ਲੱਗਦੀ ਹੈ? ਟਵਾਣਾ ਸਾਹਿਬ, ਗੱਲਬਾਤ ਤੁਸੀਂ ਕਿਸਾਨਾਂ ਤੋਂ ਸ਼ੁਰੂ ਕਰਕੇ ਲਿਆ ਕੇ ਖਾਲਸਿਆਂ ਤੇ ਲਿਆ ਹੈ। ਮੈਂ ਤਾਂ ਹਰੀ ਪੱਗ ਮੰਗਾ ਵੀ, ਅੱਜ ਤਾਂ ਹਰੀ ਪੱਗ ਨਾਲ ਕਿਸਾਨਾਂ ਦੀ ਗੱਲ ਸ਼ੁਰੂ ਕਰਾਂਗੇ ਜੀ।
ਗੱਲ ਇਸ ਤਰ੍ਹਾਂ ਵੀ ਜਥੇਦਾਰ ਸਾਹਿਬ ਦੇ ਜਿਹੜੇ ਬਿਆਨ ਨੇ ਉਹ ਜਜ਼ਬਾਤੀ ਨੇ, ਇੱਕ ਹਾਰੇ ਜੇ ਹੋਏ ਇਨਸਾਨ ਦੇ ਬਿਆਨ ਨੇ, ਹੱਥ ਜੀ ਦੇ ਖੜੇ ਹੋ ਗਏ ਵੀ ਮੈਂ ਇੰਨੇ ਗੰਦ ਵਿੱਚ ਨਹੀਂ ਰਹਿ ਸਕਦਾ। ਫਿਰ ਮੈਨੂੰ ਯਾਦ ਆਉਂਦੀ ਆ ਗੁਰਬਾਣੀ ਵਿੱਚ ਲਿਖਿਆ ਅੰਜਨ ਮਾਹੇ ਨਿਰੰਜਨ ਰਹੀ, ਵੀ ਰਹਿਣਾ ਚਿੱਕੜ ਚਾ ਪਰ ਰਹਿਣਾ ਕਮਲ ਦਾ ਫੁੱਲ ਬਣ ਕੇ ਚਿੱਕੜ ਤੋਂ ਉੱਤੇ ਹੋ ਗਿਆ। ਜੋਗ ਜੁਗਤ ਇਵ ਪਾਈ ਹੈ, ਗੱਲੀ ਜੋਗ ਨਾ ਹੋਈ। ਸੋ ਹਰਪ੍ਰੀਤ ਸਿੰਘ ਦੇ ਉੱਪਰ ਤਾਂ ਗੱਲ ਗੁਰਬਾਣੀ ਦਾ ਹੀ ਤਾਨਾ ਵੱਜ ਜਾਂਦਾ ਵੀ ਗੱਲੀ ਜੋਗ ਨਹੀਂ ਹੁੰਦਾ, ਜਥੇਦਾਰ ਦੀ ਗੱਦੀ ਨਹੀਂ ਹੈਗੀ, ਜਥੇਦਾਰ ਦੀ ਸਿੰਘਾਸਣ ਆ, ਜਥੇਦਾਰ ਦਾ ਸਿੰਘਾਸਣ ਅਕਾਲ ਪੁਰਖ ਦਾ ਸਿੰਘਾਸਣ ਆ, ਜਿਹੜੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਬਣਿਆ ਹੋਇਆ ਹੈ, ਉਹਦੀ ਜਗ੍ਹਾ ਤੇ ਬੈਠੇ ਹੋ ਤੁਸੀਂ। ਔਰ ਇਹ ਤਾਂ ਕਹਿ ਨਹੀਂ ਸਕਦੇ ਵੀ ਦਮਦਮਾ ਸਾਹਿਬ ਬੈਠੇ ਹੋ ਜਾਂ ਅਕਾਲ ਤਖ਼ਤ ਸਾਹਿਬ ਤੇ ਬੈਠੇ ਹੋ, ਸਾਰੇ ਇੱਕੋ ਹੀ ਇੱਜ਼ਤ ਆ ਸਾਰਿਆਂ ਦੀ, ਔਰ ਇਹ ਉੱਥੋਂ ਹੀ ਆਏ ਨੇ। ਔਰ ਜਿਹੜੀਆਂ ਗੱਲਾਂ ਇਹ ਕਹਿ ਰਹੇ ਨੇ ਕਿ ਮੇਰੀਆਂ ਧੀਆਂ ਭੈਣਾਂ ਬਾਰੇ ਮਾੜਾ ਬੋਲਿਆ ਵਿਰਸਾ ਸਿੰਘ ਵਲਟੋਆ, ਤੇ ਮੇਰੀ ਜ਼ਾਤ ਬਾਰੇ ਮਾੜਾ ਬੋਲਿਆ ਵਿਰਸਾ ਸਿੰਘ ਵਲਟੋਆ, ਤੇ ਮੈਂ ਕਹਿੰਦਾ ਵੀ ਉਹੀ ਗੱਲ ਤੁਹਾਡੇ ਵਾਲੀ ਵੀ ਕਿੱਥੇ ਬੋਲਿਆ, ਕਿਹੜੇ ਰਿਕਾਰਡ ਚ ਬੋਲਿਆ, ਕਿਹੜੇ ਨੰਬਰ ਤੋਂ ਫੋਨ ਆਇਆ। ਹੁਣ ਤਾਂ ਭਗਵੰਤ ਮਾਨ ਵੀ ਕਹਿ ਰਿਹਾ ਕਿ ਮੈਨੂੰ ਦੱਸ ਭਾਈ, ਭਗਵੰਤ ਮਾਨ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇ ਲੁਕੇ ਨੀ ਹੋਏ, ਗਿਆਨੀ ਹਰਪ੍ਰੀਤ ਸਿੰਘ ਦੀ ਪਹਿਲੀ ਕਾਰ ਦੇ ਉੱਪਰ ਚੱਕਦਾ ਫੋਨ ਭਗਵੰਤ ਮਾਨ, ਇੰਨੀ ਇੱਜ਼ਤ ਕਰਦਾ ਇਸ ਬੰਦੇ ਦੀ, ਕਰਨੀ ਵੀ ਚਾਹੀਦੀ ਜਸਰ ਸਾਹਿਬ ਬਤੌਰ ਮੁੱਖ ਮੰਤਰੀ ਬਤੌਰ ਸਿੱਖ ਕਰਦਾ, ਮਤਲਬ ਇਹਦੀ ਤਾਂ ਮੈਂ ਖਾਸ ਤੌਰ ਤੇ ਉਦੋਂ ਦੇਖੀ ਨਾ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਬੇਲ ਦਾ ਰੌਲਾ ਸੀ ਤੇ ਹਰਪ੍ਰੀਤ ਸਿੰਘ ਨੇ ਜਿਹਨੂੰ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕੀਤਾ, ਉਹਨੇ ਫੋਨ ਵੀ ਚੱਕਿਆ, ਗੱਲ ਵੀ ਸੁਣੀ, ਤੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਵੀ ਭੇਜਿਆ ਸੀ। ਉਹ ਅੱਡ ਗੱਲਾਂ ਕੇ ਬਾਅਦ ਵਿੱਚੋਂ ਉਹ ਵਿਵਾਦ ਇਹ ਹੋਇਆ ਕਿ ਅੰਮ੍ਰਿਤਪਾਲ ਦੀ ਮਾਤਾ ਉਹਨੂੰ ਕਮਿਸ਼ਨਰ ਨੂੰ ਗਾਲਾਂ ਕੱਢਣ ਲੱਗ ਗਈ, ਤੇ ਮਤਲਬ ਉਹ ਮਾਵਾਂ ਬੋਲਦੀਆਂ ਹੁੰਦੀਆਂ ਨੇ ਜਦੋਂ ਜਵਾਕ ਅੰਦਰ ਆ, ਤੇ ਫਿਰ ਮਾਂ ਦਾ ਤਾਂ ਗੁੱਸਾ ਆਉਣਾ ਵੀ ਜਾਇਜ਼ਾ, ਕਿ ਉਹ ਚਲੇ ਗਏ ਉੱਠ ਕੇ ਕਮਿਸ਼ਨਰ ਸਾਹਿਬ। ਮੇਰੇ ਕਹਿਣ ਦਾ ਮਤਲਬ ਕਿ ਮੁੱਖ ਮੰਤਰੀ ਪੰਜਾਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦੀ ਬਹੁਤ ਸਿਫਤ ਕਰਦਾ, ਬਹੁਤ ਇੱਜ਼ਤ ਕਰਦਾ, ਤੇ ਐਡਾ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਕਿ ਮੈਨੂੰ ਸ਼ਿਕਾਇਤ ਦਾ ਉਹ ਤਾਂ ਮੈਂ ਕਰੂੰਗਾ, ਉਹਦੇ ਵਿੱਚ ਨਾ ਮੈਨੂੰ ਥੋੜੀ ਜਿਹੀ ਸ਼ਰਮ ਆਈ ਟਵਾਣਾ ਸਾਹਿਬ, ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਔਰ ਉਹ ਉਸ ਪੰਜਾਬ ਦਾ ਜਿੱਥੇ ਸਿੱਖ ਧਰਮ ਇੱਕ ਇਕੱਠ ਦੇ ਰੂਪ ਦੇ ਵਿੱਚ, ਇੱਕ ਮੇਨ ਦਿੱਖ ਦੇ ਰੂਪ ਦੇ ਵਿੱਚ ਅਸੀਂ ਉਹ ਰਹਿ ਰਹੇ ਹਾਂ ਇੱਥੇ ਨਾ, ਹਿੰਦੂ ਵੀ ਨੇ ਉਹ ਵੀ ਸਿੱਖਾਂ ਵਾਂਗੂ ਰਹਿੰਦੇ ਨੇ, ਤੇ ਉਹ ਸੂਬ ਤੋਂ ਵੀ ਤਾਂ ਲੈ ਸਕਦਾ ਸੀ, ਉਹ ਰਾਜਨੀਤੀ ਕਿਉਂ ਕਰ ਰਿਹਾ। ਹਰਪ੍ਰੀਤ ਸਿੰਘ ਨਾਲ ਤਾਂ ਰਾਜਨੀਤੀ ਹੋ ਹੀ ਰਹੀ ਆ, ਪਰ ਹਰਪ੍ਰੀਤ ਸਿੰਘ ਵੀ ਤੇ ਰਾਜਨੀਤੀ ਕਰ ਰਿਹਾ, ਕਿਉਂਕਿ ਆਪਾਂ ਮੰਨੀਏ ਕਿ ਹਰਪ੍ਰੀਤ ਸਿੰਘ ਨੂੰ ਜਥੇਦਾਰ ਅਮਿਤ ਸ਼ਾਹ ਤਾਂ ਲਾ ਕੇ ਨੀ ਸੀ ਗਿਆ, ਹਰਪ੍ਰੀਤ ਨੂੰ ਜਥੇਦਾਰ ਕਿਹਨੇ ਲਾਇਆ? ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਚੋਇਸ ਸੀ, ਮੌਜੂਦਾ ਸੁਖਬੀਰ ਸਿੰਘ ਬਾਦਲ ਦੀ ਚੋਇਸ ਸੀ। ਅਜਿਹਾ ਕੀ ਵਾਪਰ ਗਿਆ ਕਿ ਇਹ ਚੀਜ਼ਾਂ ਉੱਪਰ ਥੱਲੇ ਹੋ ਗਈਆਂ, ਕਿ ਇਹਨਾਂ ਨੂੰ ਆਪਣੇ ਸ਼ਰੀਕ ਨੂੰ ਬਚਾਉਣ ਲਈ ਸਿਰੀ ਨੂੰ ਮਰਵਾਉਣ ਵਾਲਾ ਕੰਮ ਅਕਾਲੀ ਦਲ ਵਾਲੇ ਕਰੀ ਜਾ ਰਹੇ ਨੇ? ਆਪਣਾ ਸਮਤ ਸਾਹਿਬ ਕੀ ਕੋਈ ਲੱਗਦਾ ਨਹੀਂ ਸੀ ਕਿ ਜਿਵੇਂ ਡਿਲੇ ਕੀਤਾ ਜਾ ਰਿਹਾ, ਸ਼ਾਇਦ ਉੱਪਰੋਂ ਕੋਈ ਵੱਡਾ ਫੈਸਲਾ ਆਉਣ ਦੀ ਉਮੀਦ ਹੋਵੇ ਜਾਂ ਚਰਚਾਵਾਂ ਨੇ, ਕਿਉਂਕਿ ਬਾਗੀ ਧੜੇ ਦੇ ਨੇਤਾ ਵੀ ਕਹਿੰਦੇ ਸੀ ਫੈਸਲਾ ਜਲਦ ਸੁਣਾਓ, ਸੁਖਵੀਰ ਨੂੰ ਜੋ ਵੀ ਕਰਨਾ ਫਟਾਫਟ ਕਰੋ, ਕਿਉਂਕਿ ਪਹਿਲਾਂ ਵੀ ਬੀਬੀ ਜਗੀਰ ਕੌਰ ਜੀ ਨੂੰ ਬੁਲਾਇਆ, ਹਫ਼ਤੇ 'ਚ ਉਹਨਾਂ ਨੂੰ ਤਲਬ ਕਰ ਲਿਆ, ਟਾਈਮ ਬਾਉਂਡ ਸੱਦੇ ਗਏ ਨੇ ਸਾਰੇ, ਬਾਕੀਆਂ ਨੂੰ ਵੀ, ਬਾਗੀਆਂ ਨੂੰ ਵੀ 15 ਦਿਨ ਟਾਈਮ ਬਾਉਂਡ ਸੱਦਿਆ ਗਿਆ, ਸੁਖਵੀਰ ਨੂੰ ਵੀ ਸੱਦਿਆ ਗਿਆ, ਪਰ ਵਿਰਸਾ ਸਿੰਘ ਬਲਟੋਆ ਨੂੰ ਵੀ ਟਾਈਮ ਬਾਉਂਡ ਨਾਲ ਸੱਦ ਕੇ ਨਾਲ ਸਜ਼ਾ, ਚੰਗੀ ਗੱਲ ਹੈ ਕੀਤੀ, ਨਿਬੇੜਾ ਕੀਤਾ। ਇਹ ਜਿਹੜਾ ਡਿਲੇ ਹੈ, ਕਿਉਂਕਿ ਜਥੇਦਾਰ ਸਾਹਿਬ ਨੇ ਕੋਈ ਮਿਸਲਾਂ ਨਹੀਂ ਚੈੱਕ ਕਰਨੀਆਂ, ਕੋਈ ਸਬੂਤ ਨਹੀਂ ਚੈੱਕ ਕਰਦੇ, ਇਹਨਾਂ ਦੇ ਮੂੰਹ 'ਚੋਂ ਨਿਕਲੀ ਗੱਲ ਹੀ ਕਾਨੂੰਨ ਹੈ ਸਿੱਖ ਸਿਧਾਂਤ ਮੁਤਾਬਕ, ਇਹਨਾਂ ਨੇ ਕਿਸੇ ਦੀ ਗਵਾਹੀ ਜਾਂ ਸ਼ਾਦੀ ਨਹੀਂ ਸੁਣਨੀ ਹੁੰਦੀ। ਪਰ ਇਹ ਫੈਸਲਾ ਇੰਨਾ ਤਕਰੀਬਨ ਡਿਲੇ ਹੋਣਾ ਸੁਖਬੀਰ ਬਾਦਲ ਦਾ, ਕੀ ਅਕਾਲੀ ਦਲ ਨੂੰ ਕਿਤੇ ਇਹ ਭਿਣਕ ਸੀ ਕਿ ਸ਼ਾਇਦ ਜਿਵੇਂ ਜਥੇਦਾਰ ਸਾਹਿਬ ਦਾ ਅਮਿਤ ਸ਼ਾਹ ਹੋਰਾਂ ਨਾਲ ਜਾਂ ਦੂਸਰਿਆਂ ਨਾਲ ਸੰਪਰਕ ਹੈ, ਹਾਲਾਂਕਿ ਦੂਜੇ ਜਥੇਦਾਰਾਂ ਨਾਲ ਸੰਪਰਕ ਨਹੀਂ ਹੈ ਬੀਜੇਪੀ ਦਾ ਕੋਈ, ਜਿਵੇਂ ਵਿਰਸਾ ਸਿੰਘ ਬਲਟੋਆ ਨੇ ਆਖਿਆ? ਕੀ ਅਕਾਲੀਆਂ ਨੂੰ ਕੋਈ ਖਦਸ਼ਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ, ਜਿਵੇਂ ਕਾਲਕਾ ਸਾਹਿਬ ਨੇ ਵੀ ਦਿੱਲੀ ਵਾਲੇ ਨੇ ਆਖਿਆ ਕਿ ਵਿਰਸਾ ਸਿੰਘ ਬਲਟੋਆ ਨੂੰ ਛੇਕੋ, ਅਤੇ ਵਿਰਸਾ ਸਿੰਘ ਸੋਰੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਮਨਜਿੰਦਰ ਸਿੰਘ ਸਿਰਸਾ ਨਾਲ ਵੀ ਨੇ, ਕੀ ਅਕਾਲੀਆਂ ਨੂੰ ਕੋਈ ਹਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ਦੇ ਖਦਸ਼ਾ, ਕਿਉਂਕਿ ਇਹਨਾਂ ਨੇ ਹੀ ਉਹਨਾਂ ਦਾ ਅਹੁਦਾ ਘਟਾ ਕੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਤੋਂ ਦਮਦਮਾ ਸਾਹਿਬ ਦਾ ਜਥੇਦਾਰ ਮੁੜ ਕੇ ਬਣਾ ਦਿੱਤਾ, ਅਹੁਦਾ ਜਾਣੀ ਕਿ ਘਟਾਇਆ ਇਹਨਾਂ ਦਾ? ਕੀ ਹਰਪ੍ਰੀਤ ਸਿੰਘ ਦੇ ਫੈਸਲੇ ਤੋਂ ਜਾਂ ਸੰਭਾਵੀ ਫੈਸਲੇ ਤੋਂ ਕੋਈ ਅਕਾਲੀਆਂ ਨੂੰ ਬਾਦਲਾਂ ਨੂੰ ਡਰ ਸੀ ਜਿਸ ਕਰਕੇ ਵਿਰਸਾ ਸਿੰਘ ਬਲਟੋਆ ਸੰਕਟ ਮੋਚਨ ਬਣੇ ਨੇ ਸੁਖਬੀਰ ਦੇ?
ਦੇਖੋ ਮੇਰਾ ਸਵਾਲ ਇਹ ਬਣਦਾ ਤੁਹਾਡੀ ਗੱਲ ਤੋਂ ਬਾਅਦ ਕਿ ਹਰਪ੍ਰੀਤ ਸਿੰਘ ਨੂੰ ਹੀ ਟਾਰਗੇਟ ਕਿਉਂ ਇਕੱਲਾ ਕੀਤਾ ਗਿਆ, ਬਾਕੀ 5 ਸਿੰਘ ਸਾਹਿਬਾਨ ਵੀ ਨੇ? ਆਪਾਂ ਕਹੀਏ ਸਿਰਸਾ ਸਿੰਘ ਮਲਟੋਆ ਆਪਣੀ ਮਰਜ਼ੀ ਨਾਲ ਆ ਕੇ ਹਰਪ੍ਰੀਤ ਸਿੰਘ ਨੂੰ ਫੜ ਲਿਆ, ਇਹ ਤਾਂ ਪੋਸੀਬਲ ਹੈ ਨਹੀਂ। ਵਿਰਸਾ ਸਿੰਘ ਮਲਟੋਆ ਕਿਸੇ ਦੀ ਮਰਜ਼ੀ ਨਾਲ ਹੀ ਇੱਥੇ ਆਇਆ, ਔਰ ਮਰਜ਼ੀ ਵੀ ਆਪਾਂ ਨੂੰ ਪਤਾ ਹੀ ਆ ਕਿ ਉਹ ਏਕ ਹੀ ਆ, ਸੁਖਬੀਰ ਸਿੰਘ ਬਾਦਲ। ਹਾਲਾਂਕਿ ਸਾਡੇ ਭਾਈਚਾਰੇ ਦੇ ਵਿੱਚ ਗੱਲਾਂ ਇਹ ਵੀ ਚੱਕੀਆਂ ਜਾ ਰਹੀਆਂ ਨੇ ਕਿ ਜਿਹੜਾ ਵਿਰਸਾ ਸਿੰਘ ਮਲਟੋਆ ਦੇ ਖਿਲਾਫ ਜਥੇਦਾਰ ਅਕਾਲ ਤਖ਼ਤ ਦਾ ਫੈਸਲਾ ਆਇਆ ਕਿ ਉਹਦੇ ਤੋਂ ਉਹਨੂੰ ਨਾ ਮੰਨਣ ਦੇ ਲਈ ਭੁੰਦੜ ਸਾਹਿਬ ਨੇ ਵੀ ਅਸਤੀਫਾ ਲਿਖਤਾ ਸੀ, ਸੁਖਬੀਰ ਬਾਦਲ ਨੇ ਵੀ ਅਸਤੀਫਾ ਲਿਖਤਾ ਸੀ। ਬਈ ਯਾਰ, ਵੀ ਅਸਤੀਫਾ ਲਿਖ ਕੇ ਉਹ ਕਿਹਨੂੰ ਪ੍ਰੈਸ਼ਰ ਚ ਪਾਉਣਗੇ? ਜਥੇਦਾਰ ਅਕਾਲ ਤਖ਼ਤ ਇੰਨਾ ਹੌਲਾ ਕਿ ਉਹਨੂੰ, ਉਹ ਤਾਂ ਤੁਹਾਡਾ ਮੁਲਾਜ਼ਮ ਆ, ਉਹਨੂੰ ਤੁਸੀਂ ਕੀ ਕਿਹੜੇ ਪਾਸਿਓਂ ਥਰੈਟ ਦੇਣੀ ਆ? ਉਹ ਤਾਂ ਤੁਸੀਂ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਤੋਂ ਬਦਲ ਕੇ ਦਮਦਮਾ ਸਾਹਿਬ ਦੇ ਵਿੱਚ ਫਿਕਸ ਕਰਤਾ ਸੀ, ਤੇ ਗਿਆਨੀ ਰਘਵੀਰ ਸਿੰਘ ਨੂੰ ਵੀ ਤੁਸੀਂ ਵਾਪਸ ਉੱਥੇ ਦਮਦਮਾ ਸਾਹਿਬ, ਉੱਥੇ ਕੇਸਗੜ੍ਹ ਸਾਹਿਬ ਭੇਜ ਸਕਦੇ ਹੋ, ਇਹ ਵੀ ਤਾਂ ਉੱਥੋਂ ਹੀ ਆਏ ਨੇ। ਤੋ ਗੱਲ ਅਕਾਲੀ ਦਲ ਬਾਦਲ ਦੇ ਲਈ ਕੁਛ ਵੀ ਸੰਭਵ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ? ਟਵਾਣਾ ਸਾਹਿਬ, ਗੱਲ ਅਸਲ ਵਿੱਚ ਸ਼ੁਰੂ ਕਦੋਂ ਹੁੰਦੀ ਆ? ਸ਼ੁਰੂ ਉਦੋਂ ਹੁੰਦੀ ਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਦੇ ਸਨਮੁਖ ਪੇਸ਼ ਹੋਣਾ ਸੀ। ਜਦੋਂ ਇਹਨਾਂ ਨੇ ਪੇਸ਼ ਹੋਣਾ ਸੀ ਤਾਂ ਉਦੋਂ ਕਿਆਸ ਰਾਈਆਂ ਸੀ, ਖਾਸ ਕਰਕੇ ਅਕਾਲੀ ਦਲ ਦੇ ਵਿਰੋਧੀ ਧਿਰ ਵੱਲੋਂ, ਕਿ ਸੁਖਬੀਰ ਬਾਦਲ ਅਸਤੀਫਾ ਦੇਵੇ। ਸੁਖਬੀਰ ਬਾਦਲ ਨੇ ਅਸਤੀਫਾ ਅੱਜ ਤੱਕ ਵੀ ਨਹੀਂ ਦਿੱਤਾ। ਇਹ ਜਿਹੜੀਆਂ ਖਬਰਾਂ ਸੈਂਸੇਸ਼ਨਲ ਸਨਸਨੀ ਜਿਹੜੀ ਹੈ ਥੰਬਨੇਲ ਦੇ ਵਿੱਚ, ਉਸ ਦੇ ਵਿੱਚ ਕੀ ਸੋਰਸ ਕੀ ਨੇ? ਕੀ ਸੁਖਬੀਰ ਜੇ ਅਸਤੀਫਾ ਹੀ ਦੇ ਦਿੰਦਾ ਫਿਰ ਤਾਂ ਗੱਲ ਹੀ ਨਿਬੜੀ, ਰੌਲਾ ਤੇ ਅਸਤੀਫੇ ਦਾ ਡੁੱਬੀ ਦਾ ਤਾਂ ਜਸਾਨ ਆਇਆ। ਕੀ ਸੱਚਾਈ ਹੈ ਸੁਖਬੀਰ ਦੇ ਜਾਂ ਭੁੰਦੜ ਸਾਹਿਬ ਦੇ ਅਸਤੀਫੇ ਦੇ ਬਾਰੇ? ਜ਼ਿਕਰ ਬਾਗੀ ਧੜਿਆਂ ਦੇ ਪ੍ਰੈਸ ਨੋਟ 'ਚ ਕੱਲ੍ਹ ਵੀ ਸੀ ਕਿ ਬਲਵਿੰਦਰ ਸਿੰਘ ਭੁੰਦੜ ਵੀ ਆਪਣੀ ਛੱਡਣਾ ਚਾਹੁੰਦੇ ਸੀ ਕਿ ਮੇਰੇ ਗਲਕਾਂ ਨੂੰ ਸੱਪ ਪਾਇਆ। ਕੀ ਲੱਗਦਾ ਤੁਹਾਨੂੰ ਕਿ ਬਲਵਿੰਦਰ ਸਿੰਘ ਭੁੰਦੜ ਜਾਂ ਸੁਖਬੀਰ ਬਾਦਲ ਅਸਤੀਫੇ ਦੇ ਰੌਂ 'ਚ ਆ ਗਏ ਸੀ ਜਾਂ ਉਹਨਾਂ ਨੇ ਲਿਖ ਕੇ ਸਾਈਨ ਕਰ ਦਿੱਤੇ ਸੀ ਕਿ ਸਰ ਪੇਸ਼ ਨਹੀਂ ਸੀ ਕੀਤਾ? ਕਿੰਨੀ ਕੁ ਸੱਚਾਈ ਲੱਗਦੀ ਹੈ? ਸਰ ਤੁਸੀਂ ਅਕਾਲੀ ਦਲ ਦਾ ਇਤਿਹਾਸ ਫਰੋਲ ਲਓ, 1997 ਤੋਂ ਲੈ ਕੇ ਅੱਜ ਤੱਕ ਦਾ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਇਹ ਦੋ ਹੀ ਨਾਮ। ਕੀ ਅੱਜ ਤੱਕ ਬਲਵਿੰਦਰ ਸਿੰਘ ਭੁੰਦੜ ਨੇ ਕੋਈ ਇਹੋ ਜਿਹਾ ਫੈਸਲਾ ਲਿਆ ਵੀ ਉਹਨੇ ਕਹਿਤਾ ਤੇ ਇਹਨਾਂ ਨੇ ਮੰਨ ਲਈ? ਕੀ ਬਲਵਿੰਦਰ ਸਿੰਘ ਭੁੰਦੜ ਦੇ ਗਲ ਦੇ ਵਿੱਚ ਐਡੀ ਹੱਡੀ ਹੈਗੀ ਕਿ ਉਹ ਅਸਤੀਫਾ ਲਿਖ ਦੂਗਾ? ਨਾਲੇ ਸੁਖਬੀਰ ਬਾਦਲ, ਸਿਆਸਤ ਦਾ ਸਾਰਾ ਇੱਕ ਹੁੰਦੀ ਹੈ, 5 ਵਾਰ ਮੁੱਖ ਮੰਤਰੀ ਰਹਿਣ ਤੋਂ ਬਾਅਦ ਬਾਦਲ ਸਾਹਿਬ ਦੀ ਇਹ ਇੱਛਾ ਸੀ, ਆਖਰੀ ਇੱਛਾ, ਓਏ ਮੈਨੂੰ ਮੁੱਖ ਮੰਤਰੀ ਬਣਾ ਦਿਉ, ਓਏ ਮੇਰੀ ਉਮਰ ਵੱਧ ਜੂ। ਯਾਰ ਉਹ ਤਾਂ ਅਸਤੀਫਾ ਦੇ ਸਕਦੀ ਹੈ ਨਾ? ਉਹੀ ਗੱਲ ਕਹਿ ਰਹੇ ਹਾਂ ਵੀ ਲੜਾਈ ਤਾਂ ਸਾਰੀ, ਫਿਰ ਤਾਂ ਝੁੰਦਾ ਕਮੇਟੀ ਦੇ ਵਿੱਚ ਵੀ ਲਿਖਿਆ ਪਿਆ ਸੀ ਜੇ ਅਸਤੀਫਾ ਹੀ ਦੇਣਾ ਉਦੋਂ ਹੀ ਦੇ ਦਿੰਦਾ ਅਸਤੀਫਾ। ਝੁੰਦਾ ਨੇ ਵੀ ਤਾਂ ਇਹੀ ਕਿਹਾ ਸੀ ਵੀ ਅਸਤੀਫਾ ਦੇ ਦਿਓ ਸੁਖਬੀਰ ਜੀ, ਨਵੀਂ ਆਪਾਂ ਪੈਨਲ ਨਵਾਂ ਬਣਾਈਏ ਅਕਾਲੀ ਦਲ ਦਾ, ਆਪਾਂ ਨਵਾਂ ਲੈ ਕੇ ਆਈਏ। ਔਰ ਜਿਹੜਾ ਰੌਲਾ ਪਿਆ ਵਿਰੋਧੀ ਧੜਾ ਅਕਾਲ ਤਖ਼ਤ ਤੇ ਕਿਉਂ ਗਿਆ ਇਹਦੇ ਅਸਤੀਫਾ ਲੈਣ ਪਿੱਛੇ, ਔਰ ਉਹ ਕਿਹੜੇ ਐਡੇ ਉੱਚ ਦੇ ਪੀਰ ਜੰਮ ਪਏ ਉਹ ਵਿਰੋਧੀ ਧਿਰ ਵਾਲੇ ਕਿ ਆਪਣੇ ਪਸ਼ਚਾਤਾਪ ਲਈ ਜਾਣਾ? ਜਿਹਨੇ ਪਸ਼ਚਾਤਾਪ ਕਰਨਾ ਹੋਊਗਾ ਉਹ ਜਥੇਦਾਰ ਦੇ ਅੱਗੇ ਪੇਸ਼ ਹੋ ਕੇ ਪਸ਼ਚਾਤਾਪ ਨਹੀਂ ਕਰੂਗਾ, ਉਹਦਾ ਪਸ਼ਚਾਤਾਪ ਆਪਣੇ ਆਪ ਸਾਹਮਣੇ ਆਜੂਗਾ ਵੀ ਪਸ਼ਚਾਤਾਪ ਕਰ ਰਿਹਾ, ਉਹ ਮੇਰੇ ਪੈਦਲ ਯਾਤਰਾ ਹੀ ਕਰ ਲੂਗਾ, ਹਾਲਾਂਕਿ ਮੈਂ ਤਾਂ ਕੋਈ ਪਾਪ ਵੀ ਨਹੀਂ ਕੀਤਾ ਦੁਨਿਆਵੀ ਦੇ ਜਾਂ ਪੋਲੀਟਿਕਸ ਵਿੱਚ, ਪਰ ਬਤੌਰ ਸਿੱਖ ਵੀ ਜੇ ਪਸ਼ਚਾਤਾਪ ਤੁਹਾਨੂੰ ਜਾਪਦਾ ਉਹਦੇ ਲਈ ਵੀ ਤੁਹਾਨੂੰ ਜਥੇਦਾਰ ਨੂੰ ਪੁੱਛਣ ਦੀ ਲੋੜ ਨਹੀਂ। ਸੋ ਉਹ ਜਿਹੜੀ ਸੁਖਦੇਵ ਸਿੰਘ ਢੀਂਡਸਾ ਐਂਡ ਪਾਰਟੀ ਦੀ ਜਿਹੜੀ ਚਿੱਠੀ ਆ ਉਹ ਵੀ ਸੁਖਬੀਰ ਬਾਦਲ ਦੇ ਮਿਹਨਤ ਦਾ ਨਤੀਜਾ, ਤੇ ਜਿਹੜਾ ਕਿਤੇ ਇਹ ਤਾਂ ਨਹੀਂ ਜਿਵੇਂ ਕਹਿੰਦੇ ਹੁੰਦੇ ਆ, ਵੈਸੇ ਇਹ ਵੀ ਕ੍ਰਾਈਮ ਬਣ ਜਾਂਦਾ ਕਿ ਜੇ ਕਿਤੇ ਕਤਲ ਹੋਇਆ ਜੇ ਕੋਈ ਦੂਰ ਖੜਾ ਹੀ ਕਹਿੰਦੇ ਚੱਕ ਦੋ ਉਹ ਵੀ ਬਰਾਬਰ ਹੈ। ਜਿਹੜਾ ਹੁਣ ਇਹਨਾਂ ਨੂੰ ਲੱਗਿਆ ਕਿ ਬਸ ਵੀ ਆਖਰੀ ਕਿੱਲ ਹੈ ਬਾਦਲਾਂ ਦੇ ਰਾਜ 'ਚ, ਵੀ ਮਾੜਾ ਜਿਹਾ ਹੋਰ ਰੌਲਾ ਪਾਓ ਵੀ ਹੁਣ ਤਾਂ ਲੈ ਕੰਮ ਡੇਗ ਲਿਆ, ਵੀ ਹਾਂਜੀ ਅਸਤੀਫਾ ਦੇਣ ਨੂੰ ਤਿਆਰ ਨੇ, ਥੋੜ੍ਹਾ ਜਿਹਾ ਹੋਰ ਝਟਕਾ ਮਾਰੋ। ਕੀ ਇਹ ਪ੍ਰਪੰਚ ਹੈ? ਇਹ ਇਹ ਹੱਦ ਤੋਂ ਵੱਡਾ ਪ੍ਰਪੰਚ ਆ। ਇਹ ਤਾਂ ਨਾ ਨਹੀਂ ਹੁੰਦਾ ਵੀ ਜਦੋਂ ਆਪਾਂ ਟਰਾਈ ਬਾਲ ਨਹੀਂ ਖੇਡਦੇ ਪਿੱਚ ਨੂੰ ਚੈੱਕ ਕਰਨ ਲਈ ਕ੍ਰਿਕਟ ਤੋਂ ਪਹਿਲਾਂ, ਵੀ ਇੱਕ ਟਰਾਈ ਬਾਲ ਮਾਰ ਕੇ ਦੇਖ ਲਓ ਵੀ ਗੇਂਦ ਸਵਿੰਗ ਹੁੰਦੀ ਆ, ਗੇਂਦ ਟੱਪਾ ਖਾਂਦੀ ਆ, ਹਵਾ ਦੇ ਵਿੱਚ ਨਮੀ ਕਿੰਨੀ ਆ, ਮਿੱਟੀ ਸਖ਼ਤ ਕਿੰਨੀ ਆ, ਘਾਹ ਕਿੰਨਾ ਖੜਾ। ਉਹ ਗੇਂਦ ਜਿਹੜੀ ਸਿੱਟੀ ਗਈ ਸੀ ਉਹ ਵਿਰਸਾ ਸਿੰਘ ਮਲਟੋਆ ਸੀ, ਤੇ ਉਹਨਾਂ ਨੇ ਦੇਖਿਆ ਵੀ ਗੇਂਦ ਤਾਂ ਅਗਲਾ ਚੱਕ ਕੇ ਸਟੇਡੀਅਮ ਤੋਂ ਬਾਹਰ ਮਾਰੀ, ਬੋਲਟ ਤਾਂ ਹੁਣ ਦੂਰ ਦੀ ਗੱਲ ਆ, ਉਹ ਹੁਣ ਦੇਖ ਰਹੇ ਨੇ ਵੀ ਹੁਣ ਕਿਹੜੀ ਗੇਂਦ ਲੈ ਕੇ ਆਈਏ, ਗੇਂਦ ਇੱਕੋ ਹੀ ਸੀ। ਸੋ ਇਹ ਸੁਖਬੀਰ ਬਾਦਲ ਉਦੋਂ ਘਬਰਾ ਗਏ ਜਦੋਂ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੁਖਬੀਰ ਬਾਦਲ ਦੀ ਪੇਸ਼ੀ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਆਖਿਆ ਸੀ ਕਿ ਅਸਤੀਫਾ ਦੇਣਾ ਪਊਗਾ ਸੁਖਬੀਰ ਬਾਦਲ ਨੂੰ। ਸੋ ਗੱਲ ਹਰਪ੍ਰੀਤ ਸਿੰਘ ਦੀ, ਸੁਖਬੀਰ ਬਾਦਲ ਦਾ ਅਸਤੀਫਾ ਤਾਂ ਉਦੋਂ ਹੀ ਮੰਗ ਲਿਆ ਸੀ। ਹੁਣ ਚੱਕਰ ਇਹ ਆ ਵੀ ਤੁਸੀਂ ਕਹੋਗੇ ਵੀ ਤੈਨੂੰ ਕਿਵੇਂ ਪਤਾ ਵੀ ਹਰਜਿੰਦਰ ਸਿੰਘ ਧਾਮੀ ਨੂੰ ਹਰਪ੍ਰੀਤ ਸਿੰਘ ਨੇ ਕਿਹਾ ਸੀ। ਉਹ ਜਿਵੇਂ ਭਰਾ ਚੈਨਲ ਵਾਲੇ ਕਹਿੰਦੇ ਆ ਨਾ ਵੀ ਸਾਨੂੰ ਪਤਾ ਵੀ ਜਥੇਦਾਰ ਨੇ ਅੰਦਰ ਬੈਠ ਕੇ ਕੀ ਕਿਹਾ ਸੀ, ਪੁਖਤਾ ਹੈਗੀ ਆ ਗੱਲ। ਤੇ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਦੀ ਗੱਲ ਪੁਖਤਾ ਹੈਗੀ ਆ, ਉਵੇਂ ਮੇਰੀ ਗੱਲ ਪੁਖਤਾ ਹੈਗੀ ਆ ਕਿ ਹਰਪ੍ਰੀਤ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਸੀਗਾ ਕਿ ਅਸਤੀਫਾ ਦੇਣਾ ਪਊਗਾ। ਪਰ ਮੇਰੀ ਗੱਲ ਮੈਂ ਇਹ ਕਰ ਦਿੰਦਾ ਕਿਉਂਕਿ ਉਸੇ ਦਿਨ ਸ਼ਾਮ ਨੂੰ ਬਲਵਿੰਦਰ ਸਿੰਘ ਪੂੰਦੜ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਮੇਰੀ ਗੱਲ ਦੇ ਵਿੱਚ ਜਾਨ ਵੱਧ ਹੈਗੀ ਆ, ਉਹਨਾਂ ਦੀ ਗੱਲ ਤਾਂ ਫਿਰ ਪੈਣੀ ਹੀ ਆ ਵੀ ਉਹਨੇ ਕਮਲਜੀਤ ਬਾਈ ਨੇ ਲਿਖੀ ਵੀ ਆ ਅਜੀਤ ਵਿੱਚ। ਔਰ ਹੁਣ ਆਪਾਂ ਨੂੰ ਪਤਾ ਵੀ ਬਰਜਿੰਦਰ ਸਿੰਘ ਹਮਦਰਦ ਭਾਜੀ ਹੋਣੀ ਤਾਂ ਅੱਜ ਕੱਲ ਅਕਾਲੀ ਦਲ ਦੀ ਸਰਕਾਰ ਹੀ ਨੀ ਹੈਗੀ, ਤੇ ਫਿਰ ਉਹਨਾਂ ਨੇ ਲੈਣਾ ਵੀ ਕੀ ਆ? ਇਸ਼ਤਿਹਾਰ ਤਾਂ ਸਾਰੇ ਖੇਤਰ ਨੇ ਵੱਡੇ ਕਰਵਾਉਂਦੇ, ਪੰਜਾਬ ਸਰਕਾਰ ਇਸ਼ਤਿਹਾਰ ਰੋਕੇ ਹੋਏ ਨੇ ਹਨਾ, ਆਪਾਂ ਗੱਲ ਤੋਂ ਭਟਕ ਜਾਵਾਂਗੇ, ਪਰ ਉਹ ਵੀ ਇਸੇ ਸਿਲਸਿਲੇ ਦਾ ਹਿੱਸਾ ਰਹੇ ਨੇ। ਸੋ ਉਹਨਾਂ ਨੂੰ ਡਿਸਕਸ ਕਰ ਲੈਣਾ ਮਾੜੀ ਗੱਲ ਨਹੀਂ ਹੋਏਗੀ। ਹਮਦਰਦ ਭਾਜੀ ਦੀ ਇੱਜ਼ਤ ਕਰਦੇ ਆ ਆਪਾਂ, ਪਰ ਗੱਲ ਇਹੀ ਆ ਵੀ ਸਿਆਸਤ ਤਾਂ ਇਹੀ ਕਹਿੰਦੀ ਆ ਨਾ ਕਿ ਸਹੀ ਸਮੇਂ ਦੇ ਉੱਪਰ ਜਿਵੇਂ ਕਹਿੰਦੇ ਨੇ ਸਹੀ ਜਗ੍ਹਾ ਮੋਰਚਾ ਫਤਿਹ ਹੈ, ਮਾੜਾ ਜਿਹਾ ਜ਼ੋਰ ਹੋਰ ਮਾਰੋ ਬਾਗੀਓ, ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਥੋੜਾ ਜਿਹਾ ਝਟਕਾ ਹੋਰ ਮਾਰਨਾ, ਬਾਦਲ ਡਿੱਗਿਆ ਪਿਆ ਮਤਲਬ। ਸੋ ਹਰਪ੍ਰੀਤ ਨੂੰ ਟਾਰਗੇਟ ਬਲਵਿੰਦਰ ਸਿੰਘ ਪੁੰਦ ਆਪਣੇ ਵਿਰਸਾ ਸਿੰਘ ਮਲਟੋਆ ਵੱਲੋਂ ਇਸੇ ਕਰਕੇ ਕੀਤਾ ਗਿਆ ਕਿਉਂਕਿ ਹਰਪ੍ਰੀਤ ਦੀ ਸ਼ਨਾਖਤ ਹੁੰਦੀ ਸੀ ਕਿ ਇਹ ਵਿਰੋਧੀਆਂ ਨਾਲ ਬੜੇ ਨੇੜਿਓਂ ਮਿਲਿਆ ਹੋਇਆ। ਰਘਵੀਰ ਸਿੰਘ ਹੋਰਾਂ ਦੀ ਸ਼ਨਾਖਤ ਨਹੀਂ ਹੁੰਦੀ, ਹਾਲਾਂਕਿ ਰਘਵੀਰ ਸਿੰਘ ਹੋਰਾਂ ਬਾਰੇ ਵੀ ਨੁਕਤਾਚੀਨੀ ਵਾਲੇ ਵੀਡੀਓ ਮੇਰੇ ਵੱਲੋਂ ਵੀ ਪੈਂਦੇ ਰਹੇ ਨੇ, ਹੋਰਾਂ ਵੱਲੋਂ ਵੀ ਪੈਂਦੇ ਰਹੇ ਨੇ, ਪਰ ਆਹ ਗੱਲ ਨਹੀਂ ਕਹਿ ਸਕਦੇ ਕਿ ਉਹ ਸੰਘ ਨਾਲ ਮਿਲਿਆ। ਸੋ ਔਰ ਨਹੀਂ ਉਹਦੇ ਤਾਂ ਦੇਖੋ ਬਲਟੋਆ ਨੇ ਵੀ ਦੋਸ਼ ਨਹੀਂ ਲਾਏ, ਸਿਰਫ ਬੀਜੇਪੀ ਆਰ ਐਸ ਐਸ ਨਾਲ ਦੋਸ਼ ਗਿਆਨੀ ਹਰਪ੍ਰੀਤ ਸਿੰਘ 'ਤੇ ਲਾਏ ਨੇ ਕਿਉਂਕਿ ਉਹਨਾਂ ਦੀਆਂ ਕੁਛ ਗੇੜੀਆਂ ਵੀ ਰਹੀਆਂ ਨੇ, ਬਾਕੀ ਜਥੇਦਾਰਾਂ ਦੀਆਂ ਨਹੀਂ ਰਹੀਆਂ, ਇਸ ਕਰਕੇ ਬਾਕੀ ਜਥੇਦਾਰਾਂ 'ਤੇ ਕਿੰਤੂ ਨਹੀਂ ਹੈ। ਇਹ ਸਪਸ਼ਟ ਸੀ ਕਿ ਸਾਰੇ ਫੈਸਲੇ ਨੂੰ ਉਹ ਪ੍ਰਭਾਵਿਤ ਕਰਦੇ ਨੇ। ਇਹਦੇ 'ਚ ਹੁਣ ਜਿਹੜੀ ਵੀਡੀਓ ਬਣਾਈ ਗਈ ਹੈ, ਅੰਦਰ ਵੀਡੀਓ ਪਹਿਲੀ ਵਾਰੀ ਬਣਾਉਣ ਦਾ ਕੀ ਕਾਰਨ ਸੀ? ਪਹਿਲੀ ਵਾਰੀ ਰਾਜਨੀਤਿਕ ਫੈਸਲਾ ਆਉਣਾ ਚਾਹੀਦਾ, ਧਰਮ ਦਾ ਕੁੰਡਾ ਚਾਹੀਦਾ ਸਿਆਸਤ 'ਤੇ, ਪਰ ਅੱਜ ਦੇ ਸਮੇਂ ਨਿਭਾਉਣਾ ਬਹੁਤ ਔਖਾ। ਧਰਮ ਦਾ ਕੁੰਡਾ ਤਾਂ ਮੋਦੀ ਸਾਹਿਬ ਨੇ ਨਹੀਂ ਮੰਨਿਆ, ਚੱਕ ਕੇ ਜਿਹੜੇ ਸ਼ੰਕਰਾਚਾਰੀਆ ਸਾਈਡ 'ਤੇ ਮਾਰੇ, ਅਤੇ ਇਸ ਦੌਰਾਨ ਜਿਹੜੀ ਅੰਦਰ ਵੀਡੀਓਗ੍ਰਾਫੀ ਹੋਈ ਹੈ ਉਹਦੇ ਕੀ ਰਾਜ ਨੇ? ਵਿਰਸਾ ਸਿੰਘ ਬਲਟੋਹਾ ਦੋਵੇਂ ਹੱਥੀਂ ਪਿੱਟ ਰਿਹਾ ਕਿ ਅੰਦਰਲੀ ਵੀਡੀਓ ਜਨਤਕ ਕਰੋ, ਉਹਦੇ 'ਚ ਹਰਪ੍ਰੀਤ ਸਿੰਘ ਦਾ ਬਾਹਰ ਆ ਕੇ ਰੋਣਾ, ਉਹ ਤਾਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਜੋ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮੇਰੇ 'ਤੇ ਕਿਰਪਾ ਆ ਕਿ ਉਹ ਅੰਦਰੋਂ ਫੁੱਟੇ ਨੇ, ਜਿਹੜੇ ਅੰਦਰ ਉੱਭੜ ਉੱਭੜ ਬੋਲਦੇ ਸੀ ਉਹ ਹੁਣ ਰੋ ਰਹੇ ਨੇ, ਉਹ ਹੁਣ ਹਮਦਰਦੀ ਬਟੋਰ ਰਹੇ ਨੇ, ਸ਼ਾਇਦ ਉਹਨਾਂ ਦੀ ਜ਼ਮੀਰ 'ਤੇ ਉਹਨਾਂ ਦੇ ਕੀਤੇ ਕੰਮ ਦਾ ਵਜ਼ਨ ਹੈ। ਅੰਦਰ ਦੀ ਜਿਹੜੀ ਵੀਡੀਓ ਹੈ ਉਹ ਕਿਉਂ ਕੀਤੀ ਗਈ ਅਤੇ ਉਸ 'ਤੇ ਕੀ ਖਿਲਾਰੇ ਹੋ ਸਕਦੇ ਨੇ? ਕਿਉਂਕਿ ਦੂਸਰਾ ਜਿਹੜਾ ਬਲਟੋਆ ਸਾਹਿਬ ਨੇ ਸਵਾਲ ਚੁੱਕਿਆ ਸੀ ਕਿ ਜਿਸ ਤਰ੍ਹਾਂ ਉਸ ਦਿਨ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਸੀ ਕਿ ਮੈਨੂੰ ਘਰ ਆ ਕੇ ਧਮਕਾਇਆ, ਉਹ ਕਹਿੰਦੇ ਜੀ ਉਹ ਵੀ ਵੀਡੀਓ ਜਾਰੀ ਕਰ ਦਿਓ ਘਰ ਦੀ ਜਾਂ ਮੈਂ ਕਰ ਦਿੰਦਾ। ਇਹ ਜਿਹੜਾ ਵੀਡੀਓ ਗੇਮ ਚੱਲੀ ਹੈ ਇਹਦੇ ਕੀ ਸਰਕਮਸਟੈਂਸ ਵੇਖਦੇ ਹੋ? ਅਤੇ ਜਥੇਦਾਰ ਸਾਹਿਬ ਨੇ ਕਿਹਾ ਸੀ ਵੀਡੀਓ ਤੁਹਾਡੇ ਕੋਲ ਵੀ ਹੈਗੀ ਹੈ, ਅਤੇ ਇਸ ਕਰਕੇ ਉਹ ਵੀਡੀਓ ਕਿਉਂ ਨਹੀਂ ਜਨਤਕ ਹੋ ਰਹੀ? ਉਹ ਵੀਡੀਓ ਦੇ ਵਿੱਚ ਵੀ ਕਈ ਖੁਲਾਸੇ ਹੋਣਗੇ, ਪਬਲਿਕ ਜਾਣਨਾ ਚਾਹੁੰਦੀ ਹੈ। ਉਹਦੇ ਨਾ ਦੋ ਪਹਿਲੂ ਨੇ, ਕਿਉਂਕਿ ਜਥੇਦਾਰਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਵਿਰਸਾ ਸਿੰਘ ਬਲਟੋਆ ਵੀ ਆਡੀਓ ਰਿਕਾਰਡ ਕਰ ਰਿਹਾ, ਜਿਹੜੀ ਮੁਲਾਕਾਤ ਨੂੰ ਜ਼ਿਕਰ ਕਰਦੇ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ। ਹੁਣ ਵਿਰਸਾ ਸਿੰਘ ਬਲਟੋਆ ਜੀ ਰਿਕਾਰਡਿੰਗ ਕਿਉਂ ਕਰ ਰਹੇ ਨੇ? ਪਹਿਲਾ ਸਵਾਲ ਤਾਂ ਇਹ ਆ, ਕਿਉਂਕਿ ਉਹ ਜਿਹੜੀ ਰਿਕਾਰਡਿੰਗ ਤਾਂ ਫਿਰ ਕਿਸੇ ਨੂੰ ਸੁਣਾਉਣੀ ਹੋਏਗੀ ਨਾ, ਆਪਦੇ ਰੈਫਰੈਂਸ ਲਈ ਤਾਂ ਰੱਖਣੀ ਨੀ ਹੁੰਦੀ ਬੰਦੇ ਨੇ, ਆਪਣੇ ਡਿਫੈਂਸ ਲਈ ਤਿਆਰ ਕੀਤੀ ਆ, ਤੇ ਉਹ ਫਿਰ ਇਹਦਾ ਮਤਲਬ ਕਿ ਰਿਕਾਰਡਿੰਗ ਤਾਂ ਵਿਰਸਾ ਸਿੰਘ ਬਲਟੋਆ ਕੋਲੇ ਵੀ ਹੈਗੀ ਆ। ਔਰ ਇਹ ਗੱਲ ਸੈਲਫ ਡਿਫੈਂਸ ਮੈਂ ਕੋਈ ਜਸਟੀਫਾਈ ਨਹੀਂ ਕਰਦਾ, ਆਪਾਂ ਵੀ ਕਈ ਵਾਰੀ ਜਦੋਂ ਕਿਸੇ ਕਰਖਤ ਅਫਸਰ ਕੋਲ ਜਾਣਾ ਆਪਣੀ ਡਿਫੈਂਸ ਲਈ ਆਪਾਂ ਵੀ ਰੱਖਦੇ ਹਾਂ ਕਿ ਯਾਰ ਹੋ ਸਕਦਾ ਅਗਲਾ ਮੇਰੇ ਨਾਲ ਕੀ ਸਲੂਕ ਕਰੇ, ਹੁੰਦਾ ਨਾ ਸਟਿੰਗ, ਤਾਂ ਕਿਉਂਕਿ ਤਾਂ ਸਟਿੰਗ ਉਸ ਨਾਲ ਹੋ ਗਿਆ। ਮੈਂ ਕੈਪਟਨ ਕਮਲਜੀਤ ਸਰ ਦੀ ਗਿਆ ਇੰਟਰਵਿਊ ਕਰਨ, ਉਹ ਕਿਤੇ ਗੱਲਾਂ ਗੱਲਾਂ ਚ ਬਿਆਨ ਦੇ ਬੈਠੇ ਵੀ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਰਹੀਆਂ ਨੇ ਕਿ ਪੰਜਾਬ, ਫਿਰ ਕਹਿੰਦੇ ਨੇ ਪ੍ਰੈਸ ਨੇ ਕੋਲੋਂ ਲਾਇਆ, ਕਰੋਗੇ ਕੀ ਇਹਨਾਂ ਲੋਕਾਂ ਦਾ? ਪੰਜ ਦਰਿਆ ਪਰਚਾ ਛਪਦਾ ਸੀ, ਆਪਾਂ ਛਾਪਤੀ, ਅਮਰਜੀਤ ਸਿੰਘ ਗਰਿਆਲ ਸੀ ਸੰਪਾਦਕ, ਸ਼ਮੀਲ ਬਾਈ ਸੀ ਸੰਪਾਦਕ, ਉਹਨਾਂ ਨੇ ਛਾਪਤੀ। ਕੈਪਟਨ ਕਮਲਜੀਤ ਕਹਿੰਦਾ ਮੈਂ ਕੇਸ ਕਰੂੰਗਾ, ਗਰਿਆਲ ਸਾਹਿਬ ਕਹਿੰਦੇ ਗੁਰਮਿੰਦਰ ਗੜਬੜ ਹੋ ਗਈ, ਮੈਂ ਕਿਹਾ ਜੀ ਟੈਨਸ਼ਨ ਨਾ ਲਓ ਰਿਕਾਰਡਿੰਗ ਆ ਮੇਰੇ ਕੋਲ, ਕਹਿੰਦੇ ਫਿਰ ਠੀਕ ਆ।
ਕਿਉਂਕਿ ਸੋ ਰਿਕਾਰਡਿੰਗ ਜਨਤਕ ਪੱਤਰਕਾਰ ਕਰਨਾ ਗੁੰਮਰਾਹ ਹੋ ਸਕਦਾ ਹੈ ਕਿ ਜਨਤਕ ਕਰਨਾ ਬਲੈਕਮੇਲਿੰਗ, ਪਰ ਆਪਣੀ ਡਿਫੈਂਸ ਲਈ ਨਾਲੇ ਜਥੇਦਾਰ ਸਾਹਿਬ ਨੇ ਕੰਟੀਨਿਊ ਪਲੀਜ਼ ਕੀ ਇਹ ਵੀਡੀਓ ਦਾ ਮਸਲਾ ਵਿਰਸਾ ਸਿੰਘ ਬਲਟੋਆ ਨੇ ਤਾਂ ਆਪਣੀ ਡਿਫੈਂਸ ਲਈ ਰਿਕਾਰਡ ਨਹੀਂ ਕੀਤੀ ਹੋਣੀ, ਉਹ ਤਾਂ ਕਿਸੇ ਨੂੰ ਸੁਣਾਉਣ ਲਈ ਹੀ ਕੀਤੀ ਹਾਂ ਹੋਊਗੀ ਕਿ ਦਿਖਾਉਣੀ ਹੈ ਗਿਆਨੀ ਰਘਵੀਰ ਬਿਲਕੁਲ ਕੱਦ ਬਹੁਤ ਪਰ ਉਭਰੇਗਾ ਪਾਰਟੀ 'ਚ ਉਹਨਾਂ ਦਾ ਸੰਕਟ ਮੋਚਨ ਗਿਆਨੀ ਰਘਵੀਰ ਸਿੰਘ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਰ ਕਿੰਨਾ ਹੈਗਾ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ, ਔਰ ਫਿਰ ਅੰਦਰਲੀ ਮੀਟਿੰਗ ਦੀ ਰਿਕਾਰਡਿੰਗ, ਤੇ ਬਾਹਰ ਆ ਕੇ ਵਿਰਸਾ ਸਿੰਘ ਬਲਟੋਆ ਦਾ ਇਹ ਬੋਲਣਾ ਕਿ ਮੇਰੀ ਸ਼ਿਕਾਇਤ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸੀ, ਤੇ ਹਰਪ੍ਰੀਤ ਸਿੰਘ ਤਾਂ ਫਿਰ ਵਿੱਚ ਬੈਠ ਕੇ ਫੈਸਲੇ ਲੈ ਰਿਹਾ ਪੰਚਾਇਤ ਦੇ, ਉਹ ਕਹਿੰਦੇ ਮੇਰਾ ਮੇਰਾ ਮੁਨਸਿਫ ਤੋਂ ਮੇਰਾ ਕਾਤਲ ਹੈ, ਕਿਆ ਮੇਰੇ ਹੱਕ ਮੇ ਫੈਸਲਾ ਲੇਗਾ। ਬਹੁਤ ਖੂਬ, ਉਹ ਤਾਂ ਗੱਲ ਸਿੱਧੀ ਆ ਗਈ ਵੀ ਜਦੋਂ ਮੇਰਾ ਉਹੀ ਬੰਦਾ ਕਾਤਲ ਹੀ ਜੱਜ ਬਣਿਆ ਤਾਂ ਮੇਰੇ ਹੱਕ ਚ ਫੈਸਲਾ ਕਿਵੇਂ ਹੋਊਗਾ। ਤਾਂ ਉੱਥੇ ਆ ਕੇ ਸਾਡੀ ਧਰਮ ਦੀ ਕਚਹਿਰੀ ਵੀ ਡਾਵਾਂਡੋਲ ਹੁੰਦੀ ਹੈ, ਕਿਉਂਕਿ ਜਿਹੜੀ ਗੱਲ ਬਲਟੋਆ ਕਹਿ ਰਿਹਾ ਕਿ ਜਦੋਂ ਗਿਆਨੀ ਰਣਜੀਤ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੇ ਖਿਲਾਫ਼ ਸ਼ਿਕਾਇਤ ਸੀ ਵੀ ਉਹ ਸੋਨਾ ਚੋਰੀ ਕਰਕੇ 55 ਲੱਖ ਦਾ ਘਪਲਾ ਹੋ ਗਿਆ, ਫਿਰ ਉਸ ਮਾਣ ਮੱਤੇ ਬੰਦੇ ਨੂੰ, ਸ਼ਰੀਫ ਆਦਮੀ ਨੂੰ ਕਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਬਾਹਰ ਰੋਕਿਆ ਸੀ, ਉਹ ਸਲੂਕ ਵੀ ਕੀ ਕੀਤਾ ਸੀ ਉਹਨਾਂ ਦੇ ਨਾਲ, ਉਹ ਸਲੂਕ ਜੇ ਕਿਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਹੁੰਦਾ ਫਿਰ ਮਤਲਬ, ਹਾਲਾਂਕਿ ਮੇਰੇ ਵੀਡੀਓ ਤੇ ਕਈ ਬੰਦਿਆਂ ਨੇ ਮੈਨੂੰ ਗਾਲਾਂ ਤੱਕ ਵੀ ਕੱਢੀਆਂ ਨੇ, ਤੇ ਭਰਾਵਾ ਸਾਨੂੰ ਤਾਂ ਗਾਲਾਂ ਸ਼ੁਰੂ ਤੋਂ ਹੀ ਨਿਕਲਦੀਆਂ ਆਈਆਂ ਨੇ, ਅਸੀਂ ਗੱਲ ਸੱਚ ਦੀ ਕਰਨੀ ਆ, ਤੇ ਜੇ ਹਰਪ੍ਰੀਤ ਸਿੰਘ ਕਾਰਨ ਨੇ ਮੇਰੀ ਧੀ ਨੂੰ ਗਾਲਾਂ ਕੱਢੀਆਂ ਨੇ, ਬੜਾ ਵੱਡਾ ਇਲਜ਼ਾਮ ਆ ਇਹਦੇ ਲਈ, ਪ੍ਰੈਸ਼ਰ ਕਰਨਾ ਪਊਗਾ। ਤੇ ਜਦੋਂ ਚੱਡਾ ਸਾਹਿਬ ਦੇ ਵਿਆਹ ਤੇ ਗਿਆਨੀ ਜੀ ਆਪਣੀ ਬੇਟੀ ਨੂੰ ਨਾਲ ਲੈ ਕੇ ਗਏ ਸੀ, ਉੱਥੇ ਲਿਜਾਣ ਦਾ ਉਹਨਾਂ ਦਾ ਕੋਈ ਮਤਲਬ ਨਹੀਂ ਸੀ, ਕਿਉਂਕਿ ਉਹ ਬਤੌਰ ਜਥੇਦਾਰ ਗਏ ਸੀ ਉੱਥੇ। ਜਾਂ ਉਹ ਪਰਸਨਲ, ਉਦੋਂ ਲੋਕਾਂ ਨੇ ਟ੍ਰੋਲ ਜ਼ਰੂਰ ਕੀਤਾ, ਪਰ ਹੁਣ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਕਿਸੇ ਵੀਰ ਨੂੰ ਆਇਆ ਹੋਵੇ ਕਾਪੀ ਪੇਸਟ ਕਰਕੇ ਭੇਜ ਦਿਓ, ਜਾਂ ਸਰਕਾਰ ਨੂੰ ਦਿਓ ਪਰਚਾ ਹੋਵੇ ਬਲਟੋਏ ਤੇ, ਕੱਲ ਫੜਦੇ ਅੱਜ ਫੜਨ ਜੇ ਉਹਨਾਂ ਨੇ ਕਿਹਾ, ਪਰ ਜੇ ਨਹੀਂ ਕਿਹਾ ਫਿਰ ਗਲਤ ਹੈ, ਕਰੈਕਟਰ ਅਸੈਸੀਨੇਸ਼ਨ ਕਿਸੇ ਦਾ ਵੀ ਗਲਤ ਹੈ, ਗਲਤ ਹੈਗਾ ਇਸ ਮਾਮਲੇ ਵਿੱਚ, ਤਾਂ ਉਹਨੂੰ ਫੜ ਕੇ ਚਾਰ ਛਿੱਤਰ ਮਾਰੋ, ਬਿਲਕੁਲ, ਪਰ ਉਹ ਛਿੱਤਰ ਮਾਰਨ ਤੋਂ ਪਹਿਲਾਂ ਸਬੂਤ ਤਾਂ ਦਿਓ ਤੁਸੀਂ। ਇੱਥੇ ਆ ਕੇ ਹਰਪ੍ਰੀਤ ਸਿੰਘ ਗੜਬੜ ਕਰਦੇ ਨੇ, ਫਿਰ ਹਰਪ੍ਰੀਤ ਸਿੰਘ ਵੱਲੋਂ ਲਏ ਹੋਏ ਫੈਸਲੇ 328 ਸਰੂਪਾਂ ਦੇ, ਉਦੋਂ ਇਹਨਾਂ ਨੇ ਜਥੇਦਾਰ ਲੌਂਗੋਵਾਲ ਨੂੰ ਕਿਹੜੀ ਸਜ਼ਾ ਲਾਈ ਕਿ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਜਾਪ ਕਰਕੇ ਕਰ ਲਓ, ਇਹ ਧਾਰਮਿਕ ਸਜ਼ਾ ਹੋ ਗਈ। ਪਰ ਉਹ ਬੰਦਿਆਂ ਨੂੰ ਉਦੋਂ ਵੀ ਟਵਾਣਾ ਵੀਰ ਕਿਹਾ ਗਿਆ ਸੀ ਕਿ ਜਿਹੜੇ ਬੰਦੇ ਮੁਲਜ਼ਮ ਨੇ 328 ਸਰੂਪਾਂ ਦੇ ਉਹਨਾਂ ਖਿਲਾਫ਼ ਪੁਲਿਸ ਪਰਚਾ ਹੋਏਗਾ। ਹਰਪ੍ਰੀਤ ਸਿੰਘ ਤੇ ਧਾਮੀ ਨੇ ਹੋਣ ਨਹੀਂ ਦਿੱਤਾ, ਉਹ ਬੰਦਿਆਂ ਦੀ ਅੰਦਰੋਂ ਅੰਦਰੀ ਸੈਟਿੰਗ ਹੋ ਗਈ, ਨੌਕਰੀਆਂ ਤੋਂ ਵੀ ਨਹੀਂ ਕੱਢਿਆ ਗਿਆ ਬੰਦੇ ਦੁਆਰੇ ਆ ਕੇ। ਫਿਰ ਹਨਾ ਜਿਹੜੀ ਬੀਬੀ ਜਗੀਰ ਕੌਰ ਨੇ ਬੰਦਾ ਬਰਨਾਲੇ ਦੇ ਇਹਨਾਂ ਦੇ ਗੁਰਦੁਆਰੇ ਬਾਬਾ ਗਾਂਧਾ ਸਿੰਘ ਦਾ ਉਹ ਮੈਨੇਜਰ ਹੈਗਾ, 50 ਲੱਖ ਰੁਪਏ ਜਾਅਲੀ ਬਿੱਲ ਬਣਾਉਂਦੇ ਹੋਏ ਫੜਿਆ ਗਿਆ, ਉਹਨੂੰ ਦੁਬਾਰੇ ਰੱਖਿਆ ਗਿਆ। ਹਰਪ੍ਰੀਤ ਸਿੰਘ ਨੇ ਉਦੋਂ ਵੀ ਨਹੀਂ ਬੋਲਿਆ। ਫਿਰ ਇੱਕ ਗਿਆਨੀ ਸਿੰਘ ਅਮਰੀਕਾ ਦੇ ਵਿੱਚ ਹਜ਼ੂਰੀ ਰਾਗੀ ਨੰਗੀਆਂ ਵੀਡੀਓ ਬਣਾਉਂਦਾ, ਕਿਸੇ ਵੈਸ਼ਿਆ ਨਾਲ ਗੱਲਾਂ ਕਰਦਾ, ਰਿਕਾਰਡ ਹੋ ਗਈ, ਵੀਡੀਓ ਵਾਇਰਲ ਹੋ ਗਈ, ਉਹ ਵੀਡੀਓ ਉਹ ਅਮਰੀਕਾ ਤੋਂ ਸ਼ਿਕਾਇਤਾਂ ਆਈਆਂ, ਸਟੋਕਟਨ ਤੋਂ ਸ਼ਿਕਾਇਤ ਆਈ, ਉੱਥੋਂ ਆਪਣੇ ਮੈਂ ਹੁਣ ਸ਼ਹਿਰ ਦਾ ਨਾਂ ਭੁੱਲ ਗਿਆ, ਮਤਲਬ ਕੈਲੀਫੋਰਨੀਆ ਦੇ ਸ਼ਹਿਰ ਨੇ, ਉੱਥੋਂ ਸ਼ਿਕਾਇਤਾਂ ਆਈ, ਉਹ ਹਟਾਉਣ ਦਾ ਗੱਲ ਹੋਈ ਪਰ ਉਹਨੂੰ ਹਟਾਇਆ ਨਹੀਂ ਗਿਆ, ਉਹ ਕੀਰਤਨ ਕਰਦਾ ਰਿਹਾ। ਉੱਥੇ ਫਿਰ ਗਿਆਨੀ ਹਰਪ੍ਰੀਤ ਸਿੰਘ ਤਾਂ ਧਾਮੀ ਦੇ ਨਾਲ ਮਿਲ ਕੇ ਚੱਲ ਰਿਹਾ, ਔਰ ਧਾਮੀ ਬਾਦਲ ਦਾ ਸਭ ਤੋਂ ਖਾਸਮ ਖਾਸ ਬੰਦਾ ਹੈਗਾ। ਸੋ ਜਦੋਂ ਹਰਪ੍ਰੀਤ ਸਿੰਘ ਦਾ ਕਿਤੇ ਵੀ ਅਜਿਹਾ ਸਬੂਤ ਨਹੀਂ ਮਿਲਦਾ ਕਿ ਉਹ ਬਾਦਲ ਤੋਂ ਇੱਕ ਪੈਸਾ ਵੀ ਬਾਹਰ ਹੈਗਾ, ਤੇ ਫਿਰ ਬਾਦਲ ਅਸਤੀਫਾ ਕਿਉਂ ਦਊ, ਪੂੰਦੜ ਅਸਤੀਫਾ ਕਿਉਂ ਦਊ, ਤੇ ਗਿਆਨੀ ਹਰਪ੍ਰੀਤ ਸਿੰਘ ਚੀਕਾਂ ਕਿਹੜੀ ਗੱਲ ਦੀਆਂ ਮਾਰ ਰਿਹਾ। ਹੁਣ ਜੋ ਮੈਨੂੰ ਲੱਗਦਾ ਹੈ ਕਹਾਣੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ, ਇਹਨਾਂ ਨਾਲ ਓਨੀ ਨਹੀਂ ਹੈ, ਇਸੇ ਕਰਕੇ ਵਿਰਸਾ ਸਿੰਘ ਬਲਟੋਆ ਨੇ RSS ਵਾਲਾ ਜਿਹੜੀ ਸੱਚਾਈ ਹੈ ਉਹ ਚੱਕੀ। ਖੈਰ ਇਸ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ, ਜਿਵੇਂ ਆਪਣੇ ਲਾਣੇ 'ਚ ਪੱਤਰਕਾਰਾਂ 'ਚ ਆਪਣਾ ਲਾਣਾ ਕਹਿੰਦੇ ਵੀ ਸ਼ਰਮ ਆਉਂਦੀ ਹੈ, 10,000 ਤੋਂ ਵੱਧ ਪੱਤਰਕਾਰਾਂ ਨੂੰ ਇੰਡੀਆ 'ਚ RSS ਸਨਮਾਨਿਤ ਕਰ ਚੁੱਕੀ ਹੈ, ਕੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਰਜਿਸਟਰਾਰ, ਅਖਬਾਰਾਂ ਦੇ ਸੰਪਾਦਕ, ਐਡੀਟਰ, ਹਿੰਦੂ ਤਾਂ ਭਰਾ ਚਲੋ ਉਹਨਾਂ ਦੀ ਪਾਰਟੀ ਹੈ, ਹੋਣ ਜੀ ਸਦਕੇ ਹੋਣ, ਪਰ ਗੈਰ ਸਿੱਖ, ਮੁਸਲਿਮ, ਗੈਰ ਹਿੰਦੂ, ਸਿੱਖਾਂ 'ਚੋਂ ਵੀ ਬਹੁਤ ਪ੍ਰੋਮੀਨੈਂਟ ਬੰਦੇ RSS ਦੇ ਪੋਟਿਆਂ 'ਤੇ ਨੱਚਦੇ ਨੇ। ਇਸ ਸਿਲਸਿਲੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਵਿਰਸਾ ਸਿੰਘ ਬਲਟੋਆ ਨਾਲ ਜੋ ਕੁਛ ਹੋ ਰਿਹਾ, ਗਿਆਨੀ ਹਰਪ੍ਰੀਤ ਸਿੰਘ ਦਾ ਤਾਲੁਕ BJP RSS ਨਾਲ ਜੋੜਨ ਦੀ ਬਿਨਾਹ 'ਤੇ, ਕਿ ਕੋਈ ਅਕਾਲੀ ਦਲ 'ਚੋਂ ਇਹਨਾਂ ਦੇ ਖਿਲਾਫ਼ ਬੋਲਣ ਦੀ ਜ਼ਰੂਰਤ ਕਰੇਗਾ, ਜਾਂ ਉੱਦਾਂ ਹੀ ਜਿਵੇਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੁੱਛਿਆ ਸੀ RSS ਬਾਰੇ, ਫਿਰ ਕਹਿੰਦੇ ਸੀ ਨੋ ਕਮੈਂਟ, ਈਵਨ ਜਦੋਂ ਪਾਲ
ਵੀਰਵਾਲ ਦਿਵਸ ਮਨਾਇਆ ਗਿਆ ਸਾਹਿਬਜ਼ਾਦਿਆਂ ਦਾ, ਤਾਂ ਉਦੋਂ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਜਵਾਬ ਸੀ ਕਿ ਅਸੀਂ ਮੋਦੀ ਤੋਂ ਪੁੱਛ ਕੇ ਨਹੀਂ ਮਨਾਉਣਾ ਕਿ ਇਹ ਸਾਹਿਬਜ਼ਾਦੇ ਨੇ ਜਾਂ ਵੀਰਵਾਲ ਹੈ, ਤੁਸੀਂ ਪੁੱਛ ਕੇ ਨਹੀਂ ਮਨਾਉਣਾ, ਤੁਹਾਡੇ ਸਾਹਿਬਜ਼ਾਦੇ ਸਾਹਿਬਾਨ ਨੂੰ ਅਗਰ ਕੋਈ ਵੀਰਵਾਲ ਕਹਿ ਰਿਹਾ ਤਾਂ ਤੁਹਾਨੂੰ ਉਜਰ ਕਿਉਂ ਨਹੀਂ ਹੋਣਾ ਚਾਹੀਦਾ? ਭਾਰਤ ਸਰਕਾਰ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਸਾਹਿਬਜ਼ਾਦਿਆਂ ਨੂੰ ਵੀਰਵਾਲ ਬਣਾਇਆ ਗਿਆ, ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਉਸ 'ਤੇ ਕਿੰਤੂ ਨਹੀਂ ਕੀਤਾ, ਕਹਿੰਦੇ ਅਸੀਂ ਉਹਨਾਂ ਤੋਂ ਪੁੱਛ ਸਰਟੀਫਿਕੇਟ ਨਹੀਂ ਲੈਣਾ। ਤੁਸੀਂ ਜਥੇਦਾਰ ਸਾਹਿਬ ਉਹਨਾਂ ਤੋਂ ਸਰਟੀਫਿਕੇਟ ਨਹੀਂ ਲੈਣਾ। ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੀ ਸਿੰਘ, ਇਹ ਸਾਹਿਬਜ਼ਾਦੇ ਨੇ। ਜਦੋਂ ਅਸੀਂ ਸਾਹਿਬਜ਼ਾਦੇ ਕਹਿ ਰਹੇ ਹਾਂ ਤਾਂ ਸਾਨੂੰ ਇਹਨਾਂ ਦੇ ਨਾਂ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਅਸੀਂ ਸਮਝ ਜਾਂਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਨੇ। ਪਰ ਜਦੋਂ ਤੁਸੀਂ ਉਹਨਾਂ ਨੂੰ ਵੀਰਬਾਲ ਬਣਾ ਦਿਓ, ਵੀਰਬਾਲ ਤਾਂ ਬਹੁਤ ਸਾਰੇ ਨੇ, ਵੀਰਬਾਲ ਤਾਂ ਵੀਰ ਹਕੀਕਤ ਰਾਏ ਵੀ ਹੈ, ਵੀਰ ਸਵਰਕਰ ਵੀ ਹੈ, ਅਸੀਂ ਖੜ੍ਹਾ ਕਿੱਥੇ ਕਰ ਦਿੱਤਾ ਸਾਹਿਬਜ਼ਾਦਿਆਂ ਨੂੰ? ਪਰ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਨਹੀਂ, ਸਾਨੂੰ ਸਰਟੀਫਿਕੇਟ ਦੀ ਲੋੜ ਨਹੀਂ। ਭਾਈ, ਸਰਟੀਫਿਕੇਟ ਦੀ ਤਾਂ ਲੋੜ ਹੈ, ਕਿਉਂਕਿ ਗਵਰਨਮੈਂਟ ਰਿਕਾਰਡ ਦੇ ਵਿੱਚ ਬਕਾਇਦਗੀ ਨਾਲ ਉਹ ਦਿਨ ਵੀਰਬਾਲ ਦਿਵਸ ਦੇ ਤੌਰ 'ਤੇ ਰਜਿਸਟਰਡ ਹੈ। ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਦੋਂ ਇਤਰਾਜ਼ ਨਹੀਂ ਕੀਤਾ, ਇਹੀ ਸਟੇਟਮੈਂਟ ਸੀ ਕਿ ਸਾਨੂੰ ਮੋਦੀ ਤੋਂ ਜਾਂ ਸਰਕਾਰ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਯਾਰ, ਸਰਟੀਫਿਕੇਟਾਂ 'ਚ ਤਾਂ ਉਹ ਦਿਹਾੜਾ ਚੜ੍ਹ ਗਿਆ, ਇਹ ਉਹ ਸਾਂਝ ਹੀ ਸੀ ਜਿਸ ਕਰਕੇ ਉਹ, ਮਤਲਬ ਤੁਸੀਂ ਪ੍ਰਵਾਨ ਕਰ ਲਿਆ ਵੀਰਬਾਲ ਦਿਵਸ। ਭਗਵੰਤ ਮਾਨ ਉਸ ਸਮਾਗਮ ਦੇ ਵਿੱਚ ਗਏ ਨੇ ਵੀਰਬਾਲ ਦਿਵਸ 'ਤੇ, ਇਹਨਾਂ ਨੂੰ ਕਿਸੇ ਨੂੰ ਉਜ਼ਰ ਨਹੀਂ। ਜੇ ਵੀਰਬਾਲ ਦੀ ਜਗ੍ਹਾ ਤੁਸੀਂ ਦੋ ਲਫ਼ਜ਼ ਸਾਹਿਬਜ਼ਾਦੇ ਦਿਵਸ ਕਰ ਦੋਗੇ, ਕੀ ਘੱਟ ਜਾਏਗਾ? ਪਰ ਗੱਲ ਇਹ ਆ ਕਿ ਵੀਰ ਸਵਰਕਰ ਹੋਰਾਂ ਦੇ ਬਰਾਬਰ ਖੜਾਉਣਾ ਨਾ, ਉਹ ਵੀਰ ਸੀਗੇ, ਇਹ ਵੀਰਬਾਲ ਸੀਗੇ। ਨਾਲੇ ਸਾਡੀ ਫਿਲਾਸਫੀ ਜਿਹੜੀ ਹੈਗੀ ਆ ਸਿੱਖੀਜ਼ਮ ਦੀ, ਕਿ ਬੱਚੇ ਵੀ ਬਾਬਿਆਂ ਵਰਗਾ ਦਿਮਾਗ, ਸੋਚ, ਅਹਿਲ ਰੱਖਦੇ ਨੇ, ਉਹ ਚੀਜ਼ ਵੀ ਤੇ ਖਤਮ ਹੋ ਰਹੀ ਆ। ਫਿਰ ਤਾਂ ਕੱਲ ਨੂੰ ਜੇ ਅੱਜ ਸਾਹਿਬਜ਼ਾਦਿਆਂ ਨੂੰ ਅੱਧ ਪਾਇਆ, ਕੱਲ ਨੂੰ ਬਾਲਾ ਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਦੇ ਉੱਤੇ ਵੀ ਇਹੋ ਜਿਹਾ ਕਿ ਉਹਨਾਂ ਦੇ ਜਨਮ ਦਿਨ ਅਸੀਂ ਵੀਰਬਾਲ ਦਿਵਸ ਹੀ ਮਨਾ ਰਹੇ ਹਾਂ, ਜਦੋਂ ਕਿ ਉਹ ਸਾਡੇ ਗੁਰੂ ਨੇ। ਮਤਲਬ ਇਹਦੇ ਵਿੱਚ ਪ੍ਰੋਪਰ ਹੈਗਾ ਕਿ ਡਿਸਟੋਰਟ ਕੀਤਾ ਜਾ ਰਿਹਾ ਸਾਡੇ ਇਤਿਹਾਸ ਨੂੰ, ਸਾਡੀ ਫਲਸਫੇ ਨੂੰ, ਔਰ ਸਾਡੇ ਲੋਕਾਂ ਦੇ ਦਿਮਾਗ 'ਚ ਪਾਇਆ ਜਾ ਰਿਹਾ। ਤੁਸੀਂ ਗੂਗਲ ਮਾਰੋ, ਜਿਹੜੇ ਇੱਕ ਸੈਕਿੰਡ, ਸਾਹਿਬਜ਼ਾਦਾ ਗੂਗਲ ਮਾਰੋ, ਚਾਰੇ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ 'ਤੇ ਨਾਂ ਆ ਜਾਂਦੇ ਨੇ। ਯਾਰ, ਸਰਚ ਇੰਜਨ ਵੀ ਚੱਕ ਰਹੇ ਨੇ, ਵੀਰਵਾਲ ਪਾ ਕੇ ਤੁਸੀਂ ਕਨਫਿਊਜ਼ ਕਰ ਰਹੇ ਹੋ ਜੀ। ਕੰਟੀਨਿਊ ਪਲੀਜ਼। ਉਦੋਂ ਤਾਂ ਬਾਦਲਾਂ ਨੇ ਵੀ ਕੁਛ ਨਹੀਂ ਬੋਲਿਆ, ਭਾਈ ਵਾਲੀ ਸੀ, ਉਦੋਂ ਤਾਂ ਸਾਰਾ ਕੁਛ ਸਹਿਮਤੀ ਸੀ, ਸਾਰੀ ਕੁਛ। ਗੜਬੜ ਤਾਂ ਜਦੋਂ ਭਾਰਤੀ ਕਿਸਾਨ ਯੂਨੀਅਨ ਨੇ ਆਪਣਾ ਦਿੱਲੀ ਦੇ ਵਿੱਚ ਬਾਰਡਰ ਬੰਦ ਕੀਤੇ ਨੇ, ਪੋਲਿਟਿਕਸ ਖਰਾਬ ਹੋਈ ਆ, ਬੀਬੀ ਨੂੰ ਮਨਜ਼ੂਰੀ ਵਿੱਚ ਮਿਨਿਸਟਰੀ ਛੱਡਣੀ ਪਈ, ਰੌਲਾ ਤਾਂ ਟਵਾਣਾ ਸਾਹਿਬ ਉਦੋਂ ਬਾਅਦ ਸ਼ੁਰੂ ਹੁੰਦਾ। ਪਹਿਲਾਂ ਤਾਂ ਕੋਈ ਰੌਲਾ ਹੀ ਨਹੀਂ ਸੀ, ਪਹਿਲਾਂ ਤਾਂ ਮਾਸੀ, ਮਾਮੇ, ਭਾਣਜੇ, ਫੁੱਫੜ, ਭੂਆ ਸਾਰੇ ਸਾਂਝੇ ਸੀਗੇ। ਇਹ ਤਾਂ ਹੁਣ ਲੱਗੇ ਨੇ ਵੀ ਉਹ ਹਿੰਦੂ ਨੇ, ਅਸੀਂ ਸਿੱਖ ਹਾਂ। ਨਾ ਹਿੰਦੂ ਹੋਣਾ ਮਾੜਾ, ਨਾ ਸਿੱਖ ਹੋਣਾ ਮਾੜਾ, ਦੋਨੇ ਹੀ ਕੌਮਾਂ ਚੰਗੀਆਂ ਨੇ, ਪਰ ਦੋਨੇ ਹੀ ਦੂਜੀਆਂ ਕੌਮਾਂ ਦਾ ਜੇਕਰ ਇੱਜ਼ਤ ਕਰਦੀਆਂ ਨੇ, ਜੇਕਰ ਕੋਈ ਕੌਮ ਦੂਸਰੀ ਕੌਮ ਨੂੰ ਦਰੜਨਾ ਚਾਹੁੰਦੀ ਹੈ, ਮਾੜਾ ਕਹਿੰਦੀ ਆ, ਫਿਰ ਉਹ ਕੌਮ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਮਾੜਾ ਕਿਹਾ ਜਾਊਗਾ, ਕੌਮ ਨੂੰ ਫਿਰ ਵੀ ਮਾੜਾ ਕਿਹਾ ਜਾਊਗਾ। ਇਹਦਾ ਹੱਲ ਕੀ? ਸੋ ਗੱਲ ਟੈਕਨੀਕਲੀ ਤੁਸੀਂ ਵੀ ਕਈ ਕੇਸ ਝੱਲੇ ਨੇ, ਕਿਉਂਕਿ ਇਹ ਸਾਈਬਰ ਕ੍ਰਾਈਮ ਹੈ, ਪ੍ਰੂਵ ਕਰਨਾ ਬਹੁਤ ਔਖਾ ਹੈ। ਜਿਵੇਂ ਗਿਆਨੀ ਜੀ ਪੀੜਤ ਨੇ, ਹਰਪ੍ਰੀਤ ਸਿੰਘ ਜੀ ਖਾਲਸਾ, ਅਤੇ ਸ਼ਿਕਾਇਤ ਕਾਂਗਰਸ ਵੱਲੋਂ ਆਉਂਦੀ ਹੈ, ਕਿਉਂਕਿ ਸਿਟਿੰਗ ਐਮ ਪੀ ਨੇ, ਨੁਮਾਇੰਦੇ ਨੇ, ਸ਼ਿਕਾਇਤ ਜਿਹੜੀ ਹੈ ਬਾਗੀ ਧੜੇ ਵੱਲੋਂ ਆਉਂਦੀ ਹੈ, ਉਹਨਾਂ 'ਚ ਵੀ ਐਮ ਪੀ ਨੇ, ਮਿਨਿਸਟਰ ਸੋਰੀ ਐਮ ਐਲ ਏਜ਼ ਨੇ, ਸਪੋਰਟ ਹੈ, ਐਸ ਯੂ ਪੀ ਸੀ ਮੈਂਬਰ ਨੇ। ਅਗਰ ਸ਼ਿਕਾਇਤ ਲਿਖਤੀ ਆ ਜਾਂਦੀ ਹੈ ਜਾਂ ਪੰਜਾਬ ਸਰਕਾਰ ਸ਼ੋ ਮੋਟਿਵ ਨੋਟਿਸ ਲੈਂਦੀ ਹੈ, ਤਾਂ ਅਕਾਲੀ ਦਲ ਦਾ ਆਈ ਟੀ ਸੈੱਲ ਚੁੱਕਿਆ ਜਾ ਸਕਦਾ, ਕਿਉਂਕਿ ਉਸ ਦੇ ਵਿੱਚ ਜਿਹੜਾ ਜਥੇਦਾਰ ਸਾਹਿਬ ਨੇ ਨਾਂ ਲਿਆ ਟੋਨੀ ਦਾ, ਉਸ ਨੂੰ ਇਹਨਾਂ ਦੇ ਬਾਗੀ ਧੜੇ ਦੇ ਪ੍ਰੈਸ ਨੋਟ ਦੇ ਵਿੱਚ ਬੋਨੀ, ਟੋਨੀ ਅਤੇ ਨੋਨੀ ਬ੍ਰੈਕਟ 'ਚ ਕਰ ਦਿੱਤਾ ਕਿ ਇਹ ਲਾਣਾ ਜਿਹੜਾ ਆਈ ਟੀ ਸੈੱਲ ਹੈ ਉਹਦੇ, ਚਲੋ ਨੋਨੀ ਵਰਦੇਵ ਸਿੰਘ ਮਾਨ ਦਾ ਨਾਂ ਆਇਆ ਅਤੇ ਬੋਨੀ ਅਜਨਾਲਾ ਆ। ਸੋ ਇਸ ਜਿਹੜਾ ਸਿਲਸਿਲਾ ਨਾ, ਕਿ ਐਫ ਆਈ ਆਰ ਦੀ ਕੀ ਪੋਜੀਸ਼ਨ ਹੈ, ਮਤਲਬ ਅਦਾਲਤੀ ਪ੍ਰੋਸੈਸ ਦੀ? ਦੇਖੋ, ਉਹ ਤਾਂ ਮੇਰੇ ਹਿਸਾਬ ਨਾਲ ਤਾਂ ਪੰਜਾਬ ਸਰਕਾਰ ਨੂੰ ਸੂ ਮੋਟੋ ਲੈਣਾ ਚਾਹੀਦਾ, ਜੇ ਵਾਕਈ ਸੀਰੀਅਸ ਹੈਗੀ ਆ, ਔਰ ਜੇ ਸੁੱਖੀ ਰੰਧਾਵਾ ਵਾਕਈ ਸੀਰੀਅਸ ਆ, ਤੇ ਉਹ ਆਪਣੇ ਵੱਲੋਂ ਚਿੱਠੀ ਦੇ ਦੇ, ਡੀਓ ਲੈਟਰ ਕੱਢ ਦੇ ਵੀ ਇਹਦੇ ਤੇ, ਸਰਕਾਰ ਐਕਸ਼ਨ ਲਵੇ, ਸਰਕਾਰ ਨੂੰ ਫਿਰ ਵੀ ਬਹਾਨਾ ਮਿਲ ਗਿਆ, ਤੇ ਪਰਮਿੰਦਰ ਢੀਂਡ ਸਾਹਿਬ ਬੈਠਾ ਕੀ ਕਰ ਰਿਹਾ, ਜਿਹੜੇ ਇਹਨਾਂ ਵਿੱਚੋਂ ਹੈਗੇ ਨੇ, ਇਹ ਉੱਥੇ ਸ਼ਿਕਾਇਤ ਲਾ ਦੇਣ ਮੋਹਾਲੀ। ਗੱਲ ਇਹੀ ਆ ਨਾ ਕਿ ਸਾਰੇ ਹਵਾਈ ਫਾਇਰ ਕਰ ਰਹੇ ਨੇ, ਪਰ ਸਾਈਬਰ ਐਫ ਆਈ ਆਰ ਕਾਹਦੇ ਤੇ ਕਰੇਗਾ? ਕਿਸੇ ਪੋਰਟਲ ਤੇ ਕੋਈ ਗਾਲ ਗਲੋਚ ਲਿਖੀ ਹੈ ਤਾਂ ਹੀ ਕਰੇਗਾ ਜਾਂ ਉਦਾਂ ਹੀ? ਉਹਦੇ ਵਿੱਚ ਵਿਰਸਾ ਸਿੰਘ ਵਲਟੋਆ ਦਾ ਨੰਬਰ ਦਿੱਤਾ ਜਾਊਗਾ, ਜਿਹੜੇ ਟਾਈਮ ਦੇ ਉੱਪਰ ਹਰਪ੍ਰੀਤ ਸਿੰਘ ਨੇ ਕਿਹਾ ਵੀ ਮੈਨੂੰ ਇਸ ਵੇਲੇ ਗਾਲਾਂ ਕੱਢੀਆਂ ਗਈਆਂ ਨੇ,
ਉਸ ਟਾਈਮ ਦੇ ਉੱਪਰ ਉਸ ਟਾਈਮ ਉਸ ਫੋਨ ਨੰਬਰ ਦੇ ਉੱਪਰ ਕਿਹਦਾ ਕਿਹਦਾ ਫੋਨ ਆਇਆ, ਉਹ ਨੰਬਰਾਂ ਦੀ ਸਾਰੀ ਘੋਖ ਹੋਏਗੀ, ਉੱਥੋਂ ਨਿਕਲ ਆਊਗਾ। ਅੱਜ ਤਾਂ ਟੈਕਨੋਲੋਜੀ ਇੰਨੀ ਆ ਵੀ ਪੁਰਾਣੀ ਤੋਂ ਕਬਰਾਂ ਚੋਂ ਬੰਦੇ ਕੱਢ ਲੈਂਦੇ ਨੇ। ਉਹ ਤਾਂ ਕੋਈ ਬਹੁਤ ਵੱਡੀ ਗੱਲ ਨੀ ਹੈਗੀ ਵੀ ਰਿਕਾਰਡਿੰਗ ਕੀ ਆ। ਆਪਣਾ ਜਿਹੜਾ ਟੈਲੀਫੋਨ ਆ ਸੈੱਟ ਆ, ਇਹਦੀ ਬੈਟਰੀ ਰਿਕਾਰਡਰ ਆ। ਜੇ ਕਈ ਬੰਦੇ ਕਹਿ ਦਿੰਦੇ ਨੇ ਜੀ ਵੀ ਇਹ ਸਿੱਟ ਦੋ, ਇਹ ਸਿੱਟਣ ਨਾਲ ਵੀ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਅੰਦਰ ਹੀ ਰਿਕਾਰਡ ਨੇ ਕਿਤੇ ਨਾ ਕਿਤੇ। ਚਾਈਨਾ ਵਾਲੇ ਹਿੰਦੁਸਤਾਨ ਦਾ ਕਬਾੜ ਲੈ ਕੇ ਜਾ ਰਿਹਾ, ਉਹ ਐਕਸਟ੍ਰੈਕਟ ਕਰ ਰਹੇ ਨੇ ਵੀ ਹਿੰਦੁਸਤਾਨ ਦੇ ਲੋਕ ਕੀ ਗੱਲਾਂ ਕਰ ਰਹੇ ਨੇ ਜਾਂ ਕਿਵੇਂ ਕਰ ਰਹੇ ਨੇ। ਉਹ ਗੱਲਾਂ ਸੱਚੀਆਂ ਨੇ ਝੂਠੀਆਂ ਨੇ ਉਹ ਤਾਂ ਨੀ ਮੈਨੂੰ ਪਤਾ, ਪਰ ਇੰਨਾ ਪੋਸੀਬਲ ਹੈਗਾ ਕਿ ਸਾਈਬਰ ਕ੍ਰਾਈਮ ਚਾਹੇ ਤਾਂ ਉਹ ਪ੍ਰੋਪਰ ਪਤਾ ਲਾ ਸਕਦੀ ਆ ਕਿ ਇਹ ਗੱਲ ਕਿੰਨੀ ਝੂਠੀ ਆ ਕਿੰਨੀ ਸੱਚੀ ਆ। ਔਰ ਜਿਹੜਾ ਵਿਰਸਾ ਸਿੰਘ ਵਲਟੋ ਆ, ਜਦੋਂ ਇਹ ਕਾਰਜਕਾਰੀ ਤੋਂ ਹਟਾਏ ਗਏ ਸੀ ਹਰਪ੍ਰੀਤ ਸਿੰਘ, ਉਦੋਂ ਵੀ ਬਹੁਤ ਵੋਕਲ ਰਿਹਾ। ਉਹਦਾ ਕਾਰਨ ਟਵਾਣਾ ਸਾਹਿਬ ਇਹੀ ਆ ਕਿ ਵਿਰਸਾ ਸਿੰਘ ਵਲਟੋਆ ਪਿੰਡ ਦਰਬਾਰ ਸਾਹਿਬ ਤੋਂ ਕਿੰਨੀ ਦੂਰ ਆ, ਉਹਦੀ ਇੰਟਰਫੀਰੈਂਸ ਬਹੁਤ ਜ਼ਿਆਦਾ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਦਰਬਾਰ ਸਾਹਿਬ ਦੇ ਆਪਰੇਸ਼ਨ ਦੇ ਵਿੱਚ ਉਹਦੀ ਇੰਟਰਫੀਰੈਂਸ ਬਹੁਤ ਜ਼ਿਆਦਾ ਹੈਗੀ ਆ। ਉਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੇ ਪੁੱਛਿਆ ਜਾਵੇ ਕਿ ਉਦੋਂ ਵਲਟੋਆ ਨਾਲ ਮੁਲਾਕਾਤਾਂ ਦੇ ਦੌਰ ਕਿੰਨੇ ਕੁ ਸੀਗੇ, ਕਿਵੇਂ ਵਿਗੜੀ ਇਹਨਾਂ ਦੀ, ਉਹ ਕਹਾਣੀ ਵੀ ਤਾਂ ਸਾਹਮਣੇ ਆਊਗੀ। ਔਰ ਉਹ ਕਹਾਣੀ ਵੀ ਬੜੀ ਮਸਾਲੇਦਾਰ ਬਣਾ ਕੇ ਆਉਣ ਵਾਲੇ ਦਿਨਾਂ ਵਿੱਚ ਚੈਨਲਾਂ ਨੇ ਪੇਸ਼ ਕਰ ਦੇਣੀ ਆ, ਕਿਉਂਕਿ ਪਹਿਲਾਂ ਤਾਂ ਬੜੀ ਨੇੜਤਾ ਰਹੀ ਇਹਨਾਂ ਦੀ। ਸੋ ਗੱਲ ਇਹੀ ਆ ਕਿ ਹੁਣ ਮੈਂ ਤਾਂ ਕਹਿੰਦਾ ਹੁਣ ਵੀ ਨੇੜਤਾ ਹੀ ਆ, ਹੁਣ ਵੀ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜੇ ਧਾਰਮਿਕ ਵਿਵਾਦ ਪਾਇਆ ਜਾ ਰਿਹਾ, ਉਹਦਾ ਕਾਰਨ ਉਹਨਾਂ ਵੱਲੋਂ ਆਪ ਹੀ ਜਿਹੜੀ ਧਾਰਮਿਕ ਸਿੰਘਾਸਣ ਤੋਂ ਪਰਾਂ ਜਾ ਕੇ ਆਪਣੇ ਨਿੱਜੀ ਮੁਫਾਦਾਂ ਦੇ ਉੱਪਰ, ਜਦੋਂ ਉਹਨਾਂ ਨੂੰ ਅਕਾਲੀ ਦਲ ਵਾਲਿਆਂ ਨੇ ਕਿਹਾ ਸੀ ਵੀ ਤੁਸੀਂ ਸਾਡੇ ਪ੍ਰਧਾਨ ਬਣ ਜਾਓ, ਉਹ ਕਹਿੰਦੇ ਜੀ ਦੋਨੇ ਇਕੱਠੇ ਹੋ ਜਾਊਗਾ ਮੈਂ ਬਣ ਜਾਊਗਾ। ਉਹਨਾਂ ਨੂੰ ਕਹਿਣ ਦੀ ਕੀ ਲੋੜ ਸੀ, ਆਪਣੀ ਜ਼ੁਬਾਨ ਦੇ ਉੱਪਰ ਰਹਿਮ ਕਰ ਲੈਂਦੇ, ਚੁੱਪ ਕਰ ਜਾਂਦੇ ਕਿ ਜੀ ਦੇਖ ਲਾਂਗੇ। ਮੈਂ ਬਣ ਜਾਊਗਾ ਦਾ ਕੀ ਮਤਲਬ ਸੀ, ਤੁਸੀਂ ਜਥੇਦਾਰ ਦੇ ਸਿੰਘਾਸਣ ਤੇ ਬੈਠੇ ਹੋ, ਉਦੋਂ ਉੱਤੋਂ ਕੋਈ ਪਦਵੀ ਹੋ ਸਕਦੀ ਆ। ਇਹਦਾ ਮਤਲਬ ਕਿ ਬਣ ਜੂ ਦਾ ਮਤਲਬ ਕਿ ਪੋਲੀਟੀਕਲ ਲਾਲਸਾ ਹਰਪ੍ਰੀਤ ਦੇ ਵਿੱਚ ਵੀ ਹੈਗੀ ਆ ਕਿ ਉਹਨੂੰ ਵੀ ਚੰਦਰ ਚੂੜ ਸਿੰਘ ਵਾਂਗੂ ਰਾਜ ਸਭਾ ਦੀ ਗੱਦੀ ਦਿਖਣ ਲੱਗ ਗਈ ਕਿ ਯਾਰ ਇੱਦਾਂ ਉਹ ਨਾ ਨਿਪੜਿਆ ਸਿਆਪਾ ਦਾ, ਉਹ ਤਾਂ ਪੱਕਾ ਹੀ ਹੈਗਾ। ਸੋ ਸਵਾਲਾਂ ਦੇ ਜਵਾਬ, ਸਵਾਲ ਤਾਂ ਖੜੇ ਹੋਣਗੇ। ਬਿਲਕੁਲ, ਇਸ ਜੇ ਕਹਿ ਲਈਏ ਸਾਰੇ ਮਸਲੇ ਦੀ ਜੜ ਰਾਮ ਰਹੀਮ ਦੇ ਵਿੱਚ ਫਸੀ ਹੈ। ਸੁਪਰੀਮ ਕੋਰਟ ਦਾ ਫੈਸਲਾ ਆਇਆ ਸਮਨ ਸਾਹਿਬ ਹੁਣੇ ਹੁਣੇ, ਜਿਹੜੀ ਫਰੀਦਕੋਟ ਅਦਾਲਤ ਵਿੱਚ ਰਾਮ ਰਹੀਮ ਦੇ ਖਿਲਾਫ਼ ਕੇਸ ਸੀਗਾ, ਜਿਸ ਨੂੰ ਉਹ ਇਹ ਕਹਿ ਕੇ ਕਿ ਮੈਨੂੰ ਝੂਠਾ ਫਸਾਇਆ ਜਾ ਰਿਹਾ, ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ ਲੈ ਗਿਆ ਸੀ ਰਾਮ ਰਹੀਮ। 7 ਮਹੀਨੇ ਤੋਂ ਫਰੀਦਕੋਟ ਦੀ ਉਹਦੇ ਖਿਲਾਫ਼ ਜੋ ਕੇਸ ਸੀਗਾ ਉਹ ਪ੍ਰੋਸੀਡਿੰਗ ਬੰਦ ਸੀਗੀਆਂ, ਸੁਪਰੀਮ ਕੋਰਟ ਨੇ ਰੋਕ ਹਟਾ ਦਿੱਤੀ ਹੈ। ਸੋ ਰਾਮ ਰਹੀਮ ਤੋਂ ਚਲੋ ਜਿੰਨਾ ਕਿ ਝੋਟਾ ਚੋਣਾ ਸੀ ਅਗਲੇ ਨੇ ਚੋਣਾਂ 'ਚ ਚੋ ਲਿਆ, ਅਤੇ ਹੁਣ ਕੀ ਲੱਗਦਾ ਇਸ 'ਤੇ ਜੀ ਸਮਨ ਸਾਹਿਬ? ਉਹਨਾਂ ਨੂੰ ਪਤਾ ਲੱਗ ਗਿਆ ਵੀ ਹਰਿਆਣੇ 'ਚ ਸਰਕਾਰ ਬਣਨੀ ਸੀ, ਬਣ ਗਈ। ਔਰ ਜਿਹੜੇ ਤੱਥ ਸਾਹਮਣੇ ਆਏ ਨੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਅਗਲੀ ਵਾਰ ਈਵੀਐਮ ਵੀ ਚਲਾ ਲਾਂਗੇ ਤਾਂ ਵੀ ਗੜਬੜ ਹੋਊ, ਅਗਲੀ ਵਾਰ ਸਰਕਾਰ ਨਹੀਂ ਆਉਂਦੀ ਹਰਿਆਣੇ ਵਿੱਚ। ਉਹਨਾਂ ਨੂੰ ਹੁਣ ਰਾਮ ਰਹੀਮ ਦੀ ਜ਼ਰੂਰਤ ਨਹੀਂ ਰਹਿ ਗਈ, ਮਤਲਬ ਕਿ ਰਾਮ ਰਹੀਮ ਦਾ ਕਾਊਂਟ ਡਾਊਨ ਸ਼ੁਰੂ ਹੋ ਗਿਆ। ਔਰ ਤੁਸੀਂ ਇਹ ਦੇਖ ਲਓ ਕਿ ਜੇ ਉਧਰੋਂ ਰਾਹਤ ਟੁੱਟ ਗਈ, ਹੁਣ ਇਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲਿਖਤੀ ਆਰਡਰ ਕਰੂਗਾ ਵੀ 295 ਇਹ ਲਾਗੂ ਕੀਤੀ ਜਾਵੇ, ਕਿਉਂਕਿ ਉਹਨਾਂ ਕੇਸਾਂ ਵਿੱਚ ਹੀ ਇਹਨੇ ਕਰਨਾ ਸੀ। ਐਲ ਕੇ ਯਾਦਵ ਦੀ SIT ਕਰ ਰਹੀ ਹੈ ਨਾ, ਮੰਗ ਰਹੀ ਹੈ ਜਿਹੜੀ ਵੀ ਸਾਨੂੰ, ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੁਲਿਸ ਇਹਦੀ ਹੁਣ ਤਹਿਕੀਕਾਤ ਵੀ ਹੋਏਗੀ ਬਾਬੇ ਦੀ। ਔਰ ਇਹ ਬਾਬਾ ਜਿਹੜਾ ਮੇਨ ਹੈਗਾ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਗਿਆਨੀ ਰਾਮ ਰਹੀਮ ਦੀ ਪ੍ਰੋਸੀਡਿੰਗ ਅਗਰ ਸ਼ੁਰੂ ਹੋ ਜਾਂਦੀ ਹੈ ਚ ਭਗਵੰਤ ਮਾਨ ਸਰਕਾਰ ਵੀ ਫਸਦੀ ਹੈ, ਤੇ ਹਾਲਾਂਕਿ ਇਸ ਸਿਲਸਿਲੇ ਵਿੱਚ ਲੋੜ ਇਹਨਾਂ ਨੂੰ ਵੀ ਹੈ ਕਿਉਂਕਿ ਦਿੱਲੀ 'ਚ ਵੀ ਮਾੜੀ ਮੋਟੀ ਹੋ ਸਕਦਾ ਵੋਟ ਹੋਵੇ, ਦਿੱਲੀ ਇਲੈਕਸ਼ਨ ਵੀ ਨੇੜੇ ਨੇ। ਸੋ ਇਸ ਦੌਰਾਨ ਕੀ ਪੰਜਾਬ ਸਰਕਾਰ ਇਸ 'ਤੇ ਕੋਈ ਐਕਸ਼ਨ ਲੈ ਸਕਦੀ ਹੈ, ਕਿਉਂਕਿ ਉਹਨੂੰ ਇੱਥੇ ਪੇਸ਼ ਕਰਾਉਣਾ, ਜੇ ਉਹਦੀ ਫਰੀਦਕੋਟ ਅਦਾਲਤ 'ਚ ਵਿੱਚ ਪੇਸ਼ੀਆਂ ਸ਼ੁਰੂ ਹੋ ਗਈਆਂ ਤਾਂ ਹੁਣ ਫਿਰ ਇਹ ਬਟੇਰ ਪੰਜਾਬ ਸਰਕਾਰ ਦੇ ਪੈਰ ਹੇਠ ਵੀ ਆ ਸਕਦਾ, ਦਿੱਲੀ ਇਲੈਕਸ਼ਨ ਨਾਲ ਵੀ ਇਸਦਾ ਕੋਈ ਬੈਨੀਫਿਟ ਜੋੜ ਘਟਾਓ ਹੋ ਸਕਦਾ? ਦੇਖੋ ਫਿਲਹਾਲ ਤਾਂ ਇਹ ਬਟੇਰ ਨਹੀਂ ਹੈਗਾ ਪੰਜਾਬ ਸਰਕਾਰ ਦੇ ਲਈ, ਇਹ ਗਲ ਦੀ ਹੱਡੀ ਆ, ਕਿਉਂਕਿ ਗਲ ਚ ਫਸ ਗਈ। ਹੁਣ ਵੀ ਹੁਣ ਇਹ ਕੱਢਣੀ ਪੈਣੀ ਆ ਬਾਹਰ, ਨੰਘਾ ਤਾਂ ਸਕਦੇ ਨੀ ਇਹਨਾਂ ਨੂੰ, 295 ਦਾ ਲਾਉਣਾ ਪੈਣਾ ਉਹਦੇ ਤੇ, ਉਹਨੂੰ ਇਨਕੁਆਰੀ ਦੇ ਲਈ ਹੁਕਮ ਕਰਨੇ ਪੈਣੇ ਆ, ਹੋਮ ਸੈਕਟਰੀ ਵੱਲੋਂ ਕਰਾਉਣਾ ਪੈਣਾ ਮੁੱਖ ਮੰਤਰੀ ਨੂੰ,
ਮੁੱਖ ਮੰਤਰੀ ਤਾਂ ਹਲੇ ਨਵਾਂ ਨਵਾਂ ਕੇਕ ਖਾ ਕੇ ਹਟਿਆ, ਹਲੇ ਮੂੰਹ ਤੋਂ ਕਰੀਮ ਵੀ ਨਹੀਂ ਉਤਰੀ ਹੋਣੀ, ਨਹੀਂ ਹੈਲੀਕਾਪਟਰ 'ਚ ਬੈਠੇ ਉਹਨਾਂ ਨੇ ਇੱਕ ਦੂਜੇ ਤੇ ਲਾਇਆ ਹੋਊਗਾ, ਮੂੰਹ ਮਿੱਠਾ ਕਰਾਇਆ ਇਹਨਾਂ, ਕੌੜੀ ਦਵਾਈ ਦੇ ਕੇ ਮੂੰਹ ਮਿੱਠਾ ਕਰਾਤਾ। ਦੇਖੋ ਇਹਦਾ ਹੱਲ ਤਾਂ ਇਹੀ ਸੀਗਾ ਜੀ ਕਿ ਆਪਾਂ ਉਹਦੇ ਤੇ ਹਲੇ ਚਲੋ ਤੁਸੀਂ ਡਿਸਕਸ ਕਰਨਾ, ਫਿਲਹਾਲ ਆਪਾਂ ਉਧਰ ਨਹੀਂ ਜਾਵਾਂਗੇ। ਗੱਲ ਤਾਂ ਇਹ ਆ ਵੀ ਰਾਮ ਰਹੀਮ ਇਹ ਸਾਰੀ ਇਸ ਵੇਲੇ ਪੰਜਾਬ ਪੋਲੀਟਿਕਸ ਦਾ, ਸਿੱਖ ਪੋਲੀਟਿਕਸ ਦਾ, ਅਕਾਲੀ ਪੋਲੀਟਿਕਸ ਦਾ। ਇਸ ਕੇਸ ਵਿੱਚ ਫਸਿਆ ਰਾਮ ਰਹੀਮ ਕਿਸੇ ਅਕਾਲੀ ਨੂੰ ਵੀ ਲਪੇਟੇ ਚ ਲੈ ਸਕਦਾ, ਬਾਦਲਾਂ ਵਾਸਤੇ ਹੋਰ ਸਿਆਪਾ ਛੱਡ ਜੂ ਜੇ ਨਾ ਲੈਤਾ ਕਿ ਮੇਰੀ ਪੁਸ਼ਾਕ ਤਾਂ ਫਲਾਣਾ ਲੈ ਕੇ ਆਇਆ ਹੋਊਗਾ। ਇਹ ਵੀ ਬੀਜੇਪੀ ਨੂੰ ਰਾਸ ਆਊ ਕਿਉਂਕਿ ਪੁਸ਼ਾਕ ਤਾਂ ਲੈ ਕੇ ਗਏ ਨੇ, ਪਤਾ ਹੀ ਆਪਾਂ ਨੂੰ ਤਾਂ ਕਿਹੜੇ ਕਿਹੜੇ ਲੈ ਕੇ ਗਏ ਨੇ, ਲੋਕਾਂ ਨੂੰ ਵੀ ਪਤਾ। ਜੇ ਉਹਨੇ ਬਿਆਨ ਦਿੱਤਾ ਕਿ ਹਾਂ ਪੁਸ਼ਾਕ ਤਾਂ ਮੈਨੂੰ ਇਹ ਦੇ ਕੇ ਆਇਆ ਜੀ, ਮੈਨੂੰ ਤਾਂ ਪਤਾ ਨਹੀਂ ਇਹਨਾਂ ਨੇ ਦੇ ਦਿੱਤੀ ਮੈਂ ਪਾ ਲਈ, ਰੌਲਾ ਤਾਂ ਪੁਸ਼ਾਕ ਦਾ ਵੀ ਪੈਣਾ ਨਾ, ਰੌਲਾ ਤਾਂ ਸਾਰਾ ਹੀ ਪਊਗਾ ਜੀ। ਚਿੱਠੀ ਵੀ ਉਹ ਕਹਿੰਦਾ ਮੈਂ ਤਾਂ ਲਿਖੀ ਨੀ ਹੈਗੀ, ਕਲੇਰ ਵਾਲੇ ਤਾਂ ਜਵਾਬ ਦੇਤਾ ਵੀ ਬਾਬੇ ਦੀ ਹਿੰਦੀ ਚਿੱਠੀ ਲਿਖੀ ਹੋਈ ਸੀ, ਇਹਨਾਂ ਨੇ ਸਾਇਨ ਆਪ ਹੀ ਕੀਤੇ ਨੇ। ਖੈਰ ਉਹ ਤੋਂ ਵੀ ਮੁੱਕ ਗਿਆ ਕਿਸਾਨ ਅੰਦੋਲਨ 'ਤੇ, ਮੇਰੇ ਖਿਆਲ ਤੁਹਾਡੀ ਕੋਈ ਮਸ਼ਰੂਫੀਅਤ ਆਪਾਂ ਸਮਾਪਤੀ ਕਰਾਂਗੇ ਥੋੜ੍ਹੀ ਦੇਰ ਨੂੰ, ਦੋ ਚਾਰ ਮਿੰਟ ਲਾ ਕੇ ਜਿੰਨਾ ਕੁ ਸਮਾਂ ਹੋਵੇ। ਅਤੇ ਇਸ ਦੌਰਾਨ ਸਮਧ ਸਾਹਿਬ ਇਹ ਦੱਸਿਓ ਕਿ ਜਿਹੜਾ ਕੈਨੇਡਾ ਦੇ ਵਿੱਚ ਇੱਟ ਖੜੱਕਾ ਹੋਇਆ, ਉੱਧਰ ਭਾਰਤ ਦੀ ਸਰਕਾਰੀ ਟੀਮ ਜਿਹੜੀ ਹੈ ਗੁਰਪਤਵੰਤ ਪੰਨੂ ਦੇ ਕਤਲ ਦੇ ਕਥਿਤ ਦੋਸ਼ਾਂ ਦੇ ਮਾਮਲੇ 'ਚ ਜਾਂਚ ਕਰਨ ਲਈ ਅਮੈਰੀਕਾ ਪਹੁੰਚੀ ਹੈ। ਅਮੈਰੀਕਨ ਬੁਲਾਰੇ ਮੈਕਸ ਮਿਲਰ ਨੇ ਆਖਿਆ ਕਿ ਭਾਰਤੀ ਟੀਮ ਸਾਨੂੰ ਬਹੁਤ ਵਧੀਆ ਸਹਿਯੋਗ ਕਰ ਰਹੀ ਹੈ, ਪਰ ਕੈਨੇਡਾ ਵਾਲਿਆਂ ਨੂੰ ਨਹੀਂ ਸਹਿਯੋਗ ਕਰ ਰਹੀ। ਹਾਲਾਂਕਿ ਇਸੇ ਖਾਲਿਸਤਾਨ ਦੇ ਮਸਲੇ ਨੂੰ ਲੈ ਕੇ ਜਸਟਿਨ ਟਰੂਡੋ ਦੇ ਪਿਤਾ ਸੀਨੀਅਰ ਟਰੂਡੋ ਇੰਦਰਾ ਗਾਂਧੀ ਨਾਲ ਵੀ ਭਿੜ ਗਏ ਸੀਗੇ। ਖੈਰ ਇਸ ਦੌਰਾਨ ਕੈਨੇਡਾ ਅਤੇ ਭਾਰਤ ਦੇ ਸੰਬੰਧ ਅਤੇ ਅਮੈਰੀਕਾ ਦੇ ਅਤੇ ਪੰਨੂ ਦਾ ਮਾਮਲਾ ਅਤੇ ਆਖਰ ਦੇ ਵਿੱਚ ਕਿਸਾਨ ਅੰਦੋਲਨ ਦੀ ਕੀ ਲੱਗਦਾ ਕਿ ਫਿਰ ਜਿਵੇਂ ਦੋਨੋਂ ਹੀ ਧਿਰਾਂ ਜਿਹੜੀਆਂ ਅੱਡ ਅੱਡ ਚੱਲ ਰਹੀਆਂ ਨੇ, ਅਗਰਾਹਾਂ ਗਰੁੱਪ ਵੀ ਅਤੇ ਦੂਸਰੀਆਂ ਵੀ, ਇਹਨਾਂ ਨੇ ਜਿਵੇਂ ਅੱਜ ਹੰਭਲਾ ਮਾਰਿਆ, ਕੱਲ੍ਹ ਦੇ ਟੋਲ ਪਲਾਜ਼ੇ ਬੰਦ ਨੇ, ਅੱਜ ਕਈ ਕਿਸਾਨ ਗ੍ਰਿਫਤਾਰ ਹੋਏ ਨੇ ਅਤੇ ਝੋਨਾ ਰੁਲ ਰਿਹਾ, ਪੰਜਾਬ ਦੀ ਕੋਈ ਬਾਤ ਨਹੀਂ ਪੁੱਛ ਰਿਹਾ, ਕੀ ਇਹ ਫਿਰ ਕਿਸਾਨ ਅੰਦੋਲਨ ਦਾ ਉਭਾਰ ਵੇਖਦੇ ਹੋ? ਕਰੋ ਕੰਪਲੀਟ ਪਲੀਜ਼। ਹਾਂਜੀ ਹਾਂਜੀ, ਦੇਖੋ ਉਧਰੋਂ ਸਭ ਤੋਂ ਵੱਡੀ ਜਿਹੜੀ ਗੱਲ ਅਮਰੀਕਾ ਤੋਂ ਆਈ ਆ ਕਿ ਅਮਰੀਕਾ ਨੇ ਅੱਗੇ ਉਸ ਬੰਦੇ ਨੂੰ ਜਿਹਨੇ ਗੁਰਪਤਵੰਤ ਪੰਨੂ ਤੇ ਹਮਲਾ ਕੀਤਾ ਸੀ, ਨਿਖਿਲ ਗੁਪਤਾ, ਉਹਨੂੰ ਆਪਾਂ ਕਹਿੰਦੇ ਨਾ ਅਗਿਆਤ ਬੰਦੇ ਤੇ ਪਰਚਾ ਸੀ, ਉੱਥੇ ਸੀ CC1, ਉਹਦਾ ਨਾਮ ਚੜ੍ਹ ਗਿਆ, ਯਾਦਵ ਦਾ ਨਾਮ ਚੜ੍ਹ ਗਿਆ ਜੀ, ਉਹਨਾਂ ਨੇ ਵਿੱਚ ਯਾਦਵ ਦਾ ਨਾਮ ਚੜ੍ਹਾਤਾ ਬਈ ਇਹਦੇ ਉੱਤੇ ਆਪਣਾ ਵਿਕਾਸ ਯਾਦਵ ਹੈਗਾ, ਇਹਦਾ ਅਮਾਨਤ ਨਾਮ ਵੀ ਰੱਖਿਆ ਹੋਇਆ ਇਹਨੇ ਆਪਣਾ, ਤੇ ਸਿਟੀ ਵਿੱਚ ਇਹਦੇ ਕਤਲ ਦੀ ਕੋਸ਼ਿਸ਼ ਹੋਈ, ਇਹ ਵੀ ਗੱਲ ਹੋ ਗਈ। ਹੁਣ ਕਹਿੰਦੇ ਵੀ ਭਾਰਤੀ ਏਜੰਸੀਆਂ ਸਾਡਾ ਸਹਿਯੋਗ ਕਰ ਰਹੀਆਂ ਨੇ, ਮਰਦਾ ਕੀ ਨਾ ਕਰਦਾ, ਕੈਨੇਡਾ ਤਾਂ ਇੱਕ ਸ਼ਰੀਫ ਜਿਹਾ ਬੰਦਾ ਦੇਖ ਕੇ ਇਹਨਾਂ ਨੇ ਟਰੂਡੋ ਨੂੰ ਵੀ ਕੋਈ ਚੱਕਰ ਨਹੀਂ ਵੀ ਡਰਾ ਲਓ ਧਮਕਾ ਲਓ, ਕਿਉਂਕਿ ਨਾ ਤਾਂ ਉਹਦੇ ਨਾਲ ਕੋਈ ਆਰਥਿਕ ਸਾਂਝ ਹੈਗੀ ਆ, ਕੋਈ ਬਹੁਤ ਵੱਡਾ ਵਪਾਰ ਨਹੀਂ ਹੈਗਾ, ਅਮਰੀਕਾ ਨਾਲ ਭਾਰਤ ਦੀ ਵੱਡੀ ਸਾਂਝ ਆ, ਔਰ ਅਮਰੀਕਾ ਜਿੱਡੀ ਵੱਡੀ ਤਾਕਤ ਆ, ਭਾਰਤ ਪੰਗਾ ਨਹੀਂ ਲੈ ਸਕਦਾ, ਔਰ ਮੋਦੀ ਦੇ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਰੂਸ ਤੇ ਯੂਕਰੇਨ ਦੇ ਯੁੱਧ ਕਰਕੇ ਇਹ ਕਿਸੇ ਧਿਰ ਚ ਬੈਠ ਨਹੀਂ ਰਿਹਾ, ਵਿਚਾਲੇ ਬੈਠਾ ਇਹ ਬਾਂਦਰ ਭੇਡੂ ਸਾਡਾ, ਉਸ ਕਰਕੇ ਅਮਰੀਕਾ ਦਾ ਪ੍ਰੈਸ਼ਰ ਹੈਗਾ। ਸੋ ਜਦੋਂ ਹੁਣ ਵੀ UN ਦੇ ਵਿੱਚ ਫੰਕਸ਼ਨ ਵਿੱਚ ਅਮਰੀਕਾ ਜਾ ਕੇ ਆਏ ਨੇ ਮੋਦੀ, ਹਾਲਾਂਕਿ ਉਦੋਂ ਕਮਲਾ ਹੈਰਿਸ ਤੇ ਦੂਜਾ ਤੁਹਾਡਾ ਉਹਦਾ ਮਾਮਲਾ ਚੱਲ ਰਿਹਾ, ਚੋਣ ਹੋਣੀ ਆ ਅਗਲੇ ਮਹੀਨੇ ਇਹਨਾਂ ਦੀ, ਉਹਦੇ ਵਿੱਚ ਵੀ ਮੋਦੀ ਬਹੁਤ ਬੈਲੈਂਸਡ ਬੋਲ ਕੇ ਆਏ ਨੇ, ਮੈਂ ਕੋਈ ਧਿਰ ਨਾ ਬਣ ਜਾ, ਪਰ ਗੱਲ ਉਹੀ ਜਾ ਕੇ ਡਰ ਤਾਂ ਲੱਗ ਰਿਹਾ। ਹੁਣ ਜਦੋਂ ਗੁਰਪਤਵੰਤ ਪੰਨੂ ਵਾਲਾ ਮਾਮਲਾ ਫਰੀਜ਼ ਹੋ ਗਿਆ, ਸਾਹਮਣੇ ਹੋ ਗਿਆ, ਤਾਂ ਟਵਾਣਾ ਸਾਹਿਬ ਇਹਦੀਆਂ ਤਾਰਾਂ ਕੈਨੇਡਾ ਨਾਲ ਜੁੜਨੀਆਂ ਨੇ। ਅੱਜ ਜਿਹੜੀ ਚੀਜ਼ ਤੋਂ ਭੱਜ ਰਹੇ ਨਾ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ, ਜੋ ਇੰਡੀਆ ਦੀ ਸਰਕਾਰ ਕਰ ਰਹੀ ਆ, ਅਮਰੀਕਾ ਵਾਲੇ ਇੰਨੇ ਸ਼ਾਤਰ ਨੇ, ਇਹ ਪੰਨੂ ਵਾਲੇ ਮਾਮਲੇ ਚ ਮੰਨ ਗਏ ਨਾ, ਹੁਣ ਉਹਨਾਂ ਨੇ ਯਾਦਵ ਨੂੰ ਕੈਨੇਡਾ ਵਾਲੇ ਮਾਮਲੇ ਚ ਯਾਦਵ ਨੂੰ ਹੀ ਉਹਨਾਂ ਨੇ ਦੂਜੇ ਪਾਸੇ ਲਾ ਲੈਣਾ, ਤੇ ਤੁਸੀਂ ਦੇਖਿਓ ਜਿਹੜੀ ਇਹਨਾਂ ਦੀ ਪੰਜਾਂ ਮੁਲਕਾਂ ਦੀ ਉਹ ਇਕੱਠੀ ਜਿਹੜੀ IT ਸੈੱਲ ਹੈਗਾ ਉਹ ਕਿਹੜੀ ਆਈ ਹੈਗੀ ਆ, ਇਹਨਾਂ ਨੇ ਹਿੰਦੁਸਤਾਨ ਨੂੰ ਘੇਰਨਾ, ਇਹਨਾਂ ਤੋਂ ਭੱਜਿਆ ਨਹੀਂ ਜਾਣਾ। ਦੂਜੀ ਗੱਲ, ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਚੰਡੀਗੜ੍ਹ ਘੇਰਿਆ, ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਕਿਸਾਨ ਦੀ ਫਸਲ ਮੰਡੀਆਂ ਚ ਰੁਲ ਰਹੀ ਆ, ਔਰ ਮੌਸਮ ਦਾ ਜਿਸ ਤਰੀਕੇ ਨਾਲ ਤਬਦੀਲੀਆਂ ਆ ਰਹੀਆਂ ਨੇ, ਜੇ ਕਿਤੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਖਰਾਬ ਹੋ ਗਿਆ, ਨਾ ਤਾਂ ਮਤਲਬ ਵੀ ਵੈਸੇ ਹੀ ਕਿਸਾਨਾਂ ਦਾ ਰੋਹ ਇਸ ਵੇਲੇ ਭਾਰੀ ਜੀ, ਕਿਉਂਕਿ ਸੰਘ ਦੇ ਬੰਦੇ ਜਾ ਜਾ ਕੇ ਵਿੱਚ ਦੀ ਉਹ ਰੋਕਦੇ ਨੇ ਨਾ ਕਿ ਆਮ ਬੰਦੇ ਨੇ ਜਾ ਕੇ ਕਿਸਾਨ ਮੋਰਚੇ ਨੂੰ ਗਾਲਾਂ ਕੱਢੀਆਂ ਵੀ ਤੁਸੀਂ ਸੜਕਾਂ ਕਿਉਂ ਰੋਕਦੇ ਹੋ, ਜਦੋਂ ਕਿ ਆਮ ਬੰਦਾ ਕਦੇ ਨੀ ਜਾਂਦਾ, ਉਹ ਪਲੋਟਡ ਬੰਦੇ ਹੁੰਦੇ ਨੇ। ਸੋ ਕਿਸਾਨਾਂ ਨੂੰ ਵੀ ਪਤਾ ਕਿ ਸਾਡੇ ਉੱਤੇ ਕਿਸ ਲੈਵਲ ਦਾ ਪ੍ਰੈਸ਼ਰ ਆ। ਉਸ ਤੋਂ ਬਾਅਦ ਵੀ ਅੱਜ ਇਹਨਾਂ ਨੇ ਮੁੱਖ ਮੰਤਰੀ ਦਾ ਘਰ ਘੇਰਨ ਦੀ ਕੋਸ਼ਿਸ਼ ਕੀਤੀ, ਰੋਦੂ ਸਿੰਘ ਹੋਣੀ ਤਾਂ ਫੜ ਲਏ ਜੀ, ਗ੍ਰਿਫਤਾਰ ਕਰ ਲਏ, ਹੋਰ ਵੀ ਬੰਦੇ ਕਾਫੀ ਫੜੇ ਗਏ ਨੇ। ਕੀ ਕਿਸਾਨ ਅੰਦੋਲਨ ਫਿਰ ਉਭਾਰ ਫੜੇਗਾ ਜਿਵੇਂ ਸਾਰੀਆਂ ਧਿਰਾਂ ਇਕੱਠੀਆਂ ਹੋ ਰਹੀਆਂ ਨੇ?
देखो मैनू तो 100% लग रहा क्योंकि ये भगवंत मान भी बचता ये किसान भी बचते ने। जो एक तुसी लोगों के उद्देशों केजरीवाल भी केजरीवाल तो भी राहत मिलती है ना भगवंत मान को। ये सियासत की चाल है ना जी, एक चाल ऐसी चलो कि बाजी उलझ जाए। उलझाने वाली चाल जी हैगी किसान अंदोलन का जोर फड़ना होगा। थोड़ा जिहा किसान भी हुण कणकां बीज के वेले हो जाने ने, फिर वो वधिया ते रौनकां रौनकां दिल्ली वधिया मौसम बन जांदा। केजरीवाल के हमले नूं निजिठण दा मौका मिल जूगा और लोगों जवाब देने जगह हो जूगी कि देखो हुण तां और हुण किसान अंदोलन पंजाब च होएगा, हुण हरियाणे की धरती ते या दिल्ली की धरती ते नहीं होएगा, हुण लड़ाई अंदर होएगी। जी, समझ साहब, तुसी बड़ी तफसील च गल्लां बातां कीतियां, बहुत चंगा लगा। सो दोस्तों, इस दे नाल ही अपने दोस्त परमिंदर सिंह टिवाणा ते पंजाबनामा दो संपादक साह गुरविंदर सिंह समझ साहब नूं दिया गया। धन्यवाद समझ साहब, सत श्री अकाल भाई जी, धन्यवाद जी मेहरबानी सर, सारे, मेहरबानी, धन्यवाद। धन्यवाद।